शरणाई आया ठाकुर उतर गए मेरे मन का संसार जब ते दर्शन पाया जब ते दर्शन आया उतर गयो उतर गयो मेरे मन का संसार जब ते दर्शन पाया ठाकुर तुम शरणाई बोलो प्यारे हो ठाकुर तुम शरणाई ठाकुर तुम शरणाई आया सो आओ प्यारे हो सारे सिंह भी बोलियो भैणा भी बोलन हर जियो सदा तेरी शरणाई जो भावे त्यों राखो मेरे स्वामी एहो तेरी बड़े आई एवरीबॉडी सिंग आउट लाउड
The shabad will be on the screen as well. ਜਿਨ੍ਹਾਂ ਨੂੰ ਨਹੀਂ ਸ਼ਬਦ ਕੰਨ ਠੁਕੇ ਨਹੀਂ ਯਾਦ ਨਾਲ ਨਾਲ ਪੜਿਓ ਐਂਡ ਟ੍ਰਾਈ ਐਂਡ ਅੰਡਰਸਟੈਂਡ ਵਾਟ ਵੀ ਸਿੰਗਿੰਗ ਫਾਇਦਾ ਗੁਰਦੁਆਰੇ ਆਉਣਾ ਤਾਂ ਹੀ ਆ ਜੇ ਆਪਾਂ ਸਮਝ ਕੇ ਕੁਛ ਜਾਈਏ ਨਹੀਂ ਤਾਂ ਇਸ ਬਿਕਮ ਅ ਰਿਚੁਅਲ ਯੂ ਕਮ ਟੂ ਦ ਗੁਰਦੁਆਰਾ ਸੰਡੇ ਸਿੱਖਸ ਵੀ ਬਿਕਮ ਗੋਇੰਗ ਟੂ ਦ ਗੁਰਦੁਆਰਾ ਯੂ ਬਾਉ ਡਾਊਨ ਯੂ ਈਟ ਲੰਗਰ ਐਂਡ ਗੋ ਹੋਮ ਬਟ ਦੈਟਸ ਨਾਟ ਵਾਟ ਅ ਗੁਰਦੁਆਰਾ ਵਾਸ ਫੋਰ ਵਾਟ ਗੁਰੂ ਨਾਨਕ ਦੇਵ ਜੀ ਸਟਾਰਟਡ ਵਾਸ ਅ ਧਰਮਸ਼ਾਲ where people used to come together, do vichar, try and understand and make their lives better. Apni jindagi vadhiya banaun vaste, soni banaun vaste, idda ikatthe hunde sige samaj vich appa kive navi navi cheez kariye, navi pirt kive paiye. Eh vicharan hundiyan si, par ajj tuhanu pata hi aa pujari system dhancha kive ban gaya. Par appa koshish kariye ke kuch sikh ke jaana, ਦਲੀਲ ਨਾਲ ਗੁਰਬਾਣੀ ਦੀ ਗੱਲ ਸਮਝ ਕੇ ਜਾਈਏ ਸੋ ਆਓ ਮਾਈ ਸਿਸਟਰਸ ਐਂਡ ਮਾਈ ਬ੍ਰਦਰਸ ਹੁਣ ਇੱਕ ਤਾਂ ਆਪਾਂ ਲੰਗਰ ਹੁਣ ਵੇਖੋ ਜਦੋਂ ਦੀਵਾਨ ਚੱਲਦਾ ਹੋਵੇ ਲੰਗਰ ਬੰਦ ਕੀਤਾ ਚਾਹ ਪਾਣੀ ਪਹਿਲਾਂ ਹੋ ਗਿਆ ਹੁਣ ਦੀਵਾਨ ਦਾ ਟਾਈਮ ਆ ਤਾਂ ਲੰਗਰ ਬਾਅਦ ਵਿੱਚ ਹੋਏਗਾ ਵੈਨ ਯੂ ਗੋ ਟੂ ਸਕੂਲ ਕਲਾਸ ਲੱਗਦੀ ਹੁੰਦੀ ਆ ਵੈਨ ਯੂ ਗੋ ਟੂ ਲਰਨ ਸਮਥਿੰਗ ਆਟ ਸਕੂਲ ਇੱਦਾਂ ਥੋੜਾ ਹੁੰਦਾ ਥੋੜੇ ਬੱਚੇ ਕੈਂਟੀਨ 'ਚ ਬੈਠੇ ਆ ਤਾਂ ਥੋੜੇ ਕਲਾਸ ਵਿੱਚ ਬੈਠੇ ਆ ਕੈਂਟੀਨ ਦਾ ਟਾਈਮ ਹੁੰਦਾ ਆ ਖਾਣ ਦਾ ਟਾਈਮ ਹੁੰਦਾ ਲੰਚ ਦਾ ਟਾਈਮ ਹੁੰਦਾ ਪਰ ਜਦੋਂ ਲੈਸਨ ਦਾ ਟਾਈਮ ਆ ਉਦੋਂ ਲੈਸਨ ਚੱਲ ਰਿਹਾ ਧਿਆਨ ਇੱਧਰ ਉੱਧਰ ਨਹੀਂ ਹਿਲਜੁਲ ਹੁੰਦੀ ਐਵਰੀਬਾਡੀ ਟ੍ਰਾਈਜ਼ ਟੂ ਅੰਡਰਸਟੈਂਡ ਸੋ ਆਓ ਆਪਾਂ 1 ਵਜੇ ਤੱਕ ਸਾਰੇ ਇੱਦਾਂ ਜੁੜੀਏ ਨਾਲ ਗੁਰਬਾਣੀ ਕੀਰਤਨ 'ਚ ਨਾਲੇ ਕੋਸ਼ਿਸ਼ ਕਰੀਏ ਸਮਝਣ ਦੀ ਗੱਜ ਕੇ ਬੋਲੇ ਹਰ ਜੀਓ ਹਰ ਜੀਓ ਹਰ ਜੀਓ ਹਰ ਜੀਓ ਸਦਾ ਤੇਰੀ ਸ਼ਰਨਾਈ ਸਦਾ ਤੇਰੀ ਸ਼ਰਨਾਈ ਸਦਾ ਤੇਰੀ ਸ਼ਰਨਾਈ ਹਰ ਜੀਓ ਹਰ ਜੀਓ ਹਰ ਜੀਓ ਹਰ ਜੀਓ ਸਦਾ ਤੇਰੀ ਸ਼ਰਨਾਈ ਸਦਾ ਤੇਰੀ ਸ਼ਰਨਾਈ ਬੋਲੋ ਹਰ ਜੀਓ ਹਰ ਜੀਓ ਹਰ ਜੀਓ ਹਰ ਜੀਓ ਸਦਾ ਤੇਰੀ ਸ਼ਰਨਾਈ ਸਦਾ ਤੇਰੀ ਸ਼ਰਨਾਈ ਬੋਲੋ ਹਰ ਜੀਓ ਹਰ ਜੀਓ ਹਰ ਜੀਓ ਹਰ ਜੀਓ ਸਦਾ ਤੇਰੀ ਸ਼ਰਨਾਈ ਸਦਾ ਤੇਰੀ ਜੋ ਪਾਵੈ ਤਿਉਂ ਰੱਖੋ ਮੇਰੇ ਸਵਾਮੀ ਜੋ ਪਾਵੈ ਤਿਉਂ ਰੱਖੋ ਮੇਰੇ ਸਵਾਮੀ ਤੇਰੀ ਵਡਿਆਈ ਤੇਰੀ ਵਡਿਆਈ ਇਹ ਤੇਰੀ ਵਡਿਆਈ ਹਰ ਜੀਓ ਹਰ ਜੀਓ ਹਰ ਜੀਓ ਹਰ ਜੀਓ ਸਦਾ ਤੇਰੀ ਸ਼ਰਨਾਈ ਸਦਾ ਤੇਰੀ ਸ਼ਰਨਾਈ ਬੋਲੋ ਤੇਰੀ ਬੋਲੋ ਸੰਗਤੇ ਹਰ ਜੀਓ
हर जियो हर जियो सदा तेरी शरण आए सदा तेरी शरण बोलो सिंह सारे हर जियो हर जियो बोलो बोलो हर जियो हर जियो सदा तेरी शरण आए सदा तेरी शरण जो तेरी शरण आई हर जियो जो तेरी शरण आई हर जियो जो तेरी शरण आई हर जियो शरण आई हर जियो इन तूरा कण जोग राखन जोग तिन तू राखन जोग तेरी शरणाई बोलो हर जियो जो तेरी शरणाई हर जियो की करे प्रीत पाल तिन की करे प्रीत पाल आप कृपा कर रख हर जियो सके जम काल कोई न सके जम काल हर जियो हर जियो हर जियो हर जियो सदा तेरी शरणाई सदा तेरी शरणाई बोलो हर जियो हर जियो हर जियो सदा तेरी शरणाई हर जियो हर जियो बोलो बोलो सिंह सदा तेरी शरणाई सदा तेरी शरणाई जे ब्याह होवे है ना जी
ਜਿਹਨੂੰ ਨੱਚਣਾ ਵੀ ਨਾ ਆਵੇ ਉਹਦੀ ਵੀ ਬਾਂਹ ਕੋਈ ਖਿੱਚ ਕੇ ਸਟੇਜ ਤੇ ਖੜਾ ਕਰ ਹੀ ਲੈਂਦਾ। ਜਿੱਦਾਂ ਵੀ ਆਉਂਦਾ ਗਿੱਧਾ ਪਾ ਲੈ, ਜੇ ਬਾਹਾਂ ਨਹੀਂ ਚੱਕਣੀਆਂ ਆਉਂਦੀਆਂ ਹੌਲੀ ਹੌਲੀ ਕਰ ਲੈ। ਕੋਈ ਭੈਣਾਂ ਵੀ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਧੱਕੇ ਨਾਲ ਹੀ ਸਟੇਜ ਤੇ ਲਿਆਉਂਦੀਆਂ। ਸਿੰਘ ਵੀ ਹੁੰਦੇ ਨੇ ਚਲੋ ਵੀਰ, ਜਿਹੜੇ ਧੱਕੇ ਨਾਲ ਹੀ ਬਾਹਾਂ ਖਿੱਚ ਕੇ ਸਟੇਜ ਤੇ ਖੜਾ ਕਰ ਲੈਂਦੇ, ਇੱਦਾਂ ਹੀ ਟੱਪ ਲੈ ਕੋਈ ਨਾ। ਮੈਂ ਵਾਰ ਵਾਰ ਤਾਂ ਕਹਿ ਰਿਹਾ, ਜਿਹਨੂੰ ਸੁਭਾਅ ਨਹੀਂ ਬਣਿਆ ਇੱਦਾਂ ਬੋਲਣ ਦਾ, ਉਹਦਾ ਵੀ ਸੁਭਾਅ ਬਣ ਜੇ ਕਿ ਕੀਰਤਨ ਚ ਗਾਉਣਾ ਜੀ, ਬੋਲਣਾ ਜੀ। ਗੱਜ ਕੇ ਬੋਲਿਓ, ਹਰ ਜੀਓ ਹਰ ਜੀਓ ਹਰ ਜੀਓ ਹਰ ਜੀਓ, ਸਦਾ ਤੇਰੀ ਸ਼ਰਨਾਈ, ਸਦਾ ਤੇਰੀ ਸ਼ਰਨਾਈ, ਹਰ ਜੀਓ ਹਰ ਜੀਓ ਹਰ ਜੀਓ ਹਰ ਜੀਓ, ਸਦਾ ਤੇਰੀ ਸ਼ਰਨਾਈ ਸੱਚੀ ਹਰ ਜੀਓ, ਵਾਹਿਗੁਰੂ ਨਾ ਉਹ ਕਟੈ ਨਾ ਜਾਏ, ਜੋ ਹਰ ਛੋਟ ਦੂਜੇ ਭਾਏ ਲਾਗੈ, ਉਹ ਜੰਮੇ ਤੇ ਮਰ ਜਾਏ। ਜੋ ਤੇਰੀ ਸ਼ਰਨਾਈ ਹਰ ਜੀਓ, ਤਿੰਨਾ ਦੁੱਖ ਭੁੱਖ ਕਿਛ ਨਾਹੇ, ਨਾਨਕ ਨਾਮ ਸਲਾਹੇ ਸਦਾ ਸੱਚੇ ਸ਼ਬਦ ਸਮਾਹੇ। ਵਾਹਿਗੁਰੂ ਵਾਹਿਗੁਰੂ ਬੋਲੋ, ਵਾਹਿਗੁਰੂ 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 ਵਾਹਿਗੁਰੂ।
Guru ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਆਈਦਾ ਮੱਥਾ ਟੇਕੀਦਾ ਤਾਂ ਆਪਾਂ ਗੁਰੂ ਦੀ ਸ਼ਰਨ ਵਿੱਚ ਆ ਗਏ ਆ ਵੀ ਕਮ ਇਨ ਦ ਸੈਂਚਰੀ ਆਫ ਦ ਗੁਰੂ ਬਟ ਵਨ ਵੀ ਅੰਡਰਸਟੈਂਡ ਕਮਿੰਗ ਇਨਟੂ ਦ ਗੁਰਦੁਆਰਾ ਵਾਟ ਡਸ ਇਟ ਐਕਚੁਅਲੀ ਮੀਨ ਸਿਟਿੰਗ ਇਨ ਦ ਸੰਗਤ ਵਾਟ ਡਸ ਇਟ ਐਕਚੁਅਲੀ ਮੀਨ ਆਪਾਂ ਕੀ ਕਹਿੰਦੇ ਆ ਗੁਰਦੁਆਰੇ ਜਾ ਕੇ ਝੂਠ ਨਹੀਂ ਬੋਲੀਦਾ ਇਦਾਂ ਹੀ ਕਹੀਦਾ ਨਾ ਜੀ ਗੁਰਦੁਆਰੇ ਬੋਲੋ ਸੰਗਤ ਗੁਰਦੁਆਰੇ ਝੂਠ ਨਹੀਂ ਬੋਲੀਦਾ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਨੇ ਗੁਰਦੁਆਰੇ ਜਾ ਕੇ ਉੱਚਾ ਨਹੀਂ ਬੋਲਣਾ ਕਿਸੇ ਨੂੰ ਡੋਂਟ ਟ੍ਰਾਈ ਐਂਡ ਹਰਟ ਸਮਵਨਸ ਫੀਲਿੰਗਸ ਇਨ ਦ ਗੁਰਦੁਆਰਾ ਮਾੜਾ ਨਾ ਕਿਸੇ ਦਾ ਕਰੀ ਗੁਰਦੁਆਰੇ ਗਿਆ ਕਿਉਂ ਕਿਉਂਕਿ ਗੁਰੂ ਬੋਲੋ ਪਿਆਰੇ ਹੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਨੇ ਮਾੜਾ ਵੇਖਣਾ ਨਹੀਂ ਮਾੜਾ ਬੋਲਣਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਆ And if Guru Granth Sahib Ji is there, the Darbar becomes Guru Granth Sahib Ji's as well. The sanctuary is Guru Granth Sahib Ji's. Guru di sanctuary ya, jithe Guru wa, par Guru ta eh bhi sanu dasda, Satgur mera sada sada na aave, na jaye. So Satgur pyara mere, tyan idhar deo pyare ho, so Satgur pyara mere,
ਨਾਲ ਹੈ ਦੈਟ ਮੀਨਸ ਵੇਅਰਐਵਰ ਯੂ ਗੋ ਜਿੱਥੇ ਵੀ ਤੂੰ ਜਾ ਰਿਹਾ ਇਕੱਲੇ ਗੁਰਦੁਆਰੇ ਨਹੀਂ ਗੁਰੂ ਦੀ ਸਿੱਖਿਆ ਗੁਰੂ ਦਾ ਗਿਆਨ ਹਮੇਸ਼ਾ ਸਿੱਖ ਦੇ ਨਾਲ ਹੁੰਦਾ ਐਂਡ ਦੈਟ ਮੀਨਸ ਇਫ ਯੂ ਆਰ ਐਟ ਯੂਨੀ ਯੂ ਆਰ ਐਟ ਸਕੂਲ ਯੂ ਆਰ ਐਟ ਵਰਕ ਵੇਅਰਐਵਰ ਯੂ ਆਰ ਗੁਰਦੁਆਰੇ ਆ ਕੇ ਸਿੱਖਣਾ ਸੀ ਸਿੱਖ ਕੇ ਸਮਾਜ ਵਿੱਚ ਵਰਤਣਾ ਸੀ ਕਿ ਮਾੜਾ ਨਹੀਂ ਬੋਲਣਾ ਮਾੜਾ ਵੇਖਣਾ ਨਹੀਂ ਸਿਸਟਰਸ ਐਂਡ ਬ੍ਰਦਰਸ ਲੁੱਕ ਐਟ ਈਚ ਅਦਰ ਵਨ ਲਾਈਕ ਦੈਟ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਹ ਸਿੱਖਿਆ ਸੀ ਗੁਰਦੁਆਰੇ ਆ ਕੇ ਸਮਾਜ ਵਿੱਚ ਲਾਗੂ ਕਰਨਾ ਸੀ ਪਰ ਬਾਹਰ ਜਾ ਕੇ ਆਪਾਂ ਕਿਹਾ ਗੁਰੂ ਕਿਹੜਾ ਇੱਥੇ ਆਖੋ ਸਤਨਾਮ ਵਨ ਯੂ ਗੋ ਆਊਟਸਾਈਡ ਆਫ ਦ ਗੁਰਦੁਆਰਾ ਇਸ ਵੈਸ ਗੁਰੂ ਬਟ ਇਨ ਗੁਰਬਾਣੀ ਮਹਾਰਾਜ ਇਸ ਸੇਇੰਗ ਗੁਰੂ ਇਜ਼ ਵਿਦ ਯੂ ਆਲ ਦ ਟਾਈਮ ਸੋ ਦ ਟੀਚਿੰਗਸ ਯੂ ਲਰਨ ਇਨ ਅ ਗੁਰਦੁਆਰਾ ਜਿਵੇਂ ਆਪਾਂ ਪ੍ਰਸ਼ਾਦਾ ਜਦੋਂ ਦੇਈਦਾ ਲੰਗਰ ਹਾਲ ਚ ਕੀ ਕਹਿੰਦੇ ਆ ਪ੍ਰਸ਼ਾਦਾ ਜੀ ਜਲ ਜੀ ਦਾਲਾ ਜੀ ਸਬਜ਼ੀ ਜੀ ਵੇਖੋ ਕਿੱਦਾਂ ਜੀ ਜੀ ਬੋਲਦੇ ਆ ਗੁਰਦੁਆਰੇ ਜੀ ਬਾਹਰ ਜਾ ਕੇ ਗਾਲਾਂ ਦੀ ਗਾਲਾਂ ਦਿਸ ਇਜ਼ ਦ ਵੇ ਵੀ ਬਿਕਮ ਵੀਵ ਜਸਟ ਲੈਫਟ ਆਰ ਧਰਮ ਇਨ ਦ ਗੁਰਦੁਆਰਾ ਦੱਸ ਇਟ Our faith is in these four walls and that's it. But what Guru Nanak Dev Ji wanted to teach 550 years ago, ke dharm jindagi bana lae apni. Tera kam dharm ban jae. Whatever you do in life becomes your faith. Not just 1 hour in a day. Sveer nu baith ke bani padhde haan, Sukhmani Sahib da sveer nu paath karde haan. Udo pata lagda ke bande da subah ta badalya ni yaar. Kol baitha Guru Granth Sahib Ji de par ida subah. ਬੋਲੋ ਇਹਦਾ ਸੁਭਾਅ ਬਦਲਿਆ ਨਹੀਂ ਮੇਰੇ ਵਰਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਪਾਠ ਵੀ ਕਰੇ ਪਰ ਇਦਾਂ ਸੋਹਣਾ ਨਹੀਂ ਬਣ ਜਾਣਾ ਆਖੋ ਸਤਨਾਮ ਸੋਹਣਾ ਉਦੋਂ ਬਣਾਂਗੇ ਜਦੋਂ ਗੁਰੂ ਦੇ ਗੁਣ ਜ਼ਿੰਦਗੀ ਚ ਆਉਣਗੇ ਸੋਹਣਾ ਉਦੋਂ ਤਾਂ ਬਣਾਂਗੇ ਵੈਨ ਦੇਰ ਇਜ਼ ਕੁਆਲਿਟੀਜ਼ ਕਮ ਇਨਟੂ ਯੋਰ ਲਾਈਫ ਵੀ ਕੈਨ ਡਰੈਸ ਅਪ ਐਸ ਮਚ ਐਸ ਵੀ ਵਾਂਟ ਬਟ ਵੈਨ ਮੇਕ ਅਸ ਲੁੱਕ ਬਿਊਟੀਫੁਲ ਵੀ ਕੈਨ ਵੇਅਰ ਐਕਸਪੈਂਸਿਵ ਕਲੋਥਸ We can have worldly luxuries, but it won't make us look good. Sona udo banage, jodo andaron gun paida honge, jodo guru to gyan milega, guru to sikhya milegi. Appa roj padhde haan, aaj bhi padhiye. Sajjan sacha paatsha, sirshahan desha ho. ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾਵੇ ਕਹਿੰਦੇ ਸੋਹਣੇ ਬਣ ਗਏ ਜਿਹੜੇ ਪਾਸ ਬਹਿੰਦੇ ਨੇ ਸਰੀਰ ਕਰਕੇ ਆਪਾਂ ਬਹੁਤ ਬਹਿੰਦੇ ਹਾਂ ਪਿਆਰਿਓ ਫਿਜ਼ੀਕਲੀ ਵੀ ਆਲ ਸਿੱਠਿਆ ਬਟ ਹਜ਼ਾ ਸੁਭਾਅ ਚੇਂਜਡ ਹਜ਼ਾ ਹੈਬਿਟਸ ਚੇਂਜਡ ਬਿਕਾਜ਼ ਗੁਰਬਾਣੀ ਚੇਂਜਿਸ ਆਰ ਹੈਬਿਟਸ ਗੁਰਬਾਣੀ ਇਹ ਕਹਿ ਰਹੀ ਆ ਬਾਣੀ ਪੜ੍ਹ ਕੇ ਸਮਝ ਕੇ ਆਪਣਾ ਸੁਭਾਅ ਬਦਲ ਲੈ ਪਰ ਤੂੰ ਹੀ ਉਹ ਬਦਲ ਸਕਦਾ ਤੇਰੇ ਵਿੱਚ ਇਹ ਸਮਰੱਥਾ ਹੈ ਆਪਣੇ ਆਪ ਨੂੰ ਬਦਲਣ ਵਾਸਤੇ No one can change you guys if you don't want to be changed. And that shows in our history, ਗੁਰੂ ਨਾਨਕ ਪਾਤਸ਼ਾਹ ਦਾ ਪੁੱਤਰ ਸੀ ਸ੍ਰੀ ਚੰਦ ਗੁਰੂ ਦੇ ਘਰ ਵਿੱਚ ਜਨਮ ਲਿਆ ਸੀ ਪੁੱਤ ਸੀ the son of Guru Nanak Dev Ji. ਪਰ ਵੇਖੋ ਗੁਰੂ ਪਾਤਸ਼ਾਹ ਕੁਛ ਕਹਿੰਦੇ ਰਹੇ ਤਾਂ ਪੁੱਤਰ ਕੁਛ ਕਰਦਾ ਰਿਹਾ ਭਵਾਂ ਗੁਰੂ ਦੇ ਘਰ ਵਿੱਚ ਵੀ ਜਨਮ ਲੈ ਲਵੇਂ ਜੇ ਤੇਰਾ ਸੁਭਾਅ ਨਹੀਂ ਬਦਲਣਾ ਤਾਂ ਨਹੀਂ ਬਦਲਣਾ ਤੈਨੂੰ ਆਪ ਬਦਲਣਾ ਪੈਣਾ ਦਿਸ ਇਜ਼ ਵਾਟ ਗੁਰੂ ਜੀ ਟੀਚਸ ਦ ਸੈਂਚਰੀ ਕਮਿੰਗ ਇਨ ਟੂ ਦ ਸੈਂਚਰੀ ਇਜ਼ ਵੇਅਰ ਐਵਰ ਯੂ ਆਰ ਇਨ ਦ ਵਰਲਡ ਗੁਰੂ ਇਜ਼ ਵਿਦ ਯੂ ਇਫ ਗੁਰੂਜ਼ ਦਰਬਾਰ ਯੂ ਡੋਂਟ ਲਾਈ ਔਰ ਯੂ ਡੋਂਟ ਸੇ ਐਨੀਥਿੰਗ ਰੋਂਗ ਇਨ ਹੇਅਰ then you shouldn't be doing that in the samaj either akho satnam ehi samaj vich hona chahida phir ehi bande vich change honi chahidi aa har jiyo sada teri sharanai we believe in god as law of nature we believe in god as kudrat rab not the god that is sitting in the cloud I say this so many times just to clear it in people's minds my brothers and sisters have stopped believing in sikhi dharm why ਕਿਉਂਕਿ ਆਪਾਂ ਵੀ ਉਹ ਰੱਬ ਨੂੰ ਮੰਨਦੇ ਹਾਂ ਜਿਹੜੇ ਹੋਰ ਮੰਨਦੇ ਸੀ ਜਿਵੇਂ ਉਹ ਕਹਿੰਦੇ ਸੀ ਰੱਬ ਬੱਦਲਾਂ ਤੇ ਬੈਠਾ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਬੱਦਲਾਂ ਤੇ ਬਹਿਣ ਵਾਲਾ ਰੱਬ ਮੈਂ ਨਹੀਂ ਮੰਨਦਾ ਆਈ ਬਿਲੀਵ ਇਨ ਲੋਅ ਆਫ ਨੇਚਰ ਐਂਡ ਐਵਰੀਬਾਡੀ ਕਮਸ ਅੰਡਰ ਦੈਟ ਦ ਲੋਅ ਆਫ ਨੇਚਰ ਹੈਜ਼ ਇਟਸ ਓਨ ਹੁਕਮ
ਲੋਭ ਨਹੀਂ ਇੱਛਾ। ਰਾਤ ਹੋਣੀ ਆ, ਸਾਰੇ ਪਾਸੇ ਰਾਤ ਹੁੰਦੀ ਹੈ, ਇੱਦਾਂ ਥੋੜੋ ਕਿ ਆਪਾਂ ਆਪਣੇ 'ਤੇ ਹੋਣੀ ਆ ਤਾਂ ਦੂਜਿਆਂ 'ਤੇ ਨਹੀਂ ਹੋਣੀ। ਮੀਂਹ ਪੈਣਾ ਸਾਡੇ 'ਤੇ ਵੀ ਪਏਗਾ, ਦੂਜਿਆਂ 'ਤੇ ਵੀ ਪਏਗਾ। ਗੁਰੂ ਨਾਨਕ ਦੇਵ ਜੀ ਸੈਡ, ਆਈ ਡੋਂਟ ਬਿਲੀਵ ਇਨ ਦੈਟ ਗੋਡ ਕਿ ਯੂ ਗਿਵ ਲੋਟ ਆਫ ਮਨੀ ਐਂਡ ਦੈਟ ਗੋਡ ਵਿਲ ਬੀ ਹੈਪੀ ਵਿਦ ਯੂ। ਯੂ ਗਿਵ ਲੈਸ ਮਨੀ ਕਿ ਰੱਬ ਨਾਰਾਜ਼ ਹੋ ਗਿਆ। ਉਹ ਰੱਬ ਨੂੰ ਮੈਂ ਨਹੀਂ ਮੰਨਦਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰੱਬ ਉਹ ਮੰਨਦਾ ਮੈਂ ਜਿਹੜਾ ਸਾਰਿਆਂ ਦੇ ਨਾਲ ਇੱਕ ਆ, ਕਿਸੇ ਨਾਲ ਫਰਕ ਨਹੀਂ ਰੱਖਦਾ। ਆਖੋ ਸਤਨਾਮ। ਸਿੱਖ ਹੋਵੇ, ਮੁਸਲਮਾਨ ਹੋਵੇ, ਹਿੰਦੂ ਹੋਵੇ, ਕ੍ਰਿਸਚਨ ਹੋਵੇ, ਭਾਵੇਂ ਰੱਬ ਨੂੰ ਉਹ ਨਾ ਵੀ ਮੰਨੇ, ਦਾ ਵਨ ਵਿਚ ਇਜ਼ ਦਾ ਯੂਨੀਵਰਸ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਗਰੀਬਾਂ 'ਤੇ ਵੀ ਮੀਂਹ ਪਏਗਾ, ਅਮੀਰਾਂ 'ਤੇ ਵੀ ਮੀਂਹ ਪਏਗਾ, ਕੋਈ ਫਰਕ ਨਹੀਂ ਹੈਗਾ। ਲੋਭ ਆਫ ਨੇਚਰ, the universe, the galaxies, the whole complex, look how it all works, the solar system, look how it all works. This is the God that Guru Nanak Dev Ji believed in, which has no form, which is an energy, which is creates everything. ਇਹ ਰੱਬ ਸੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਪਰ ਆਪਾਂ ਕੀ ਕੀਤਾ, ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ Guru Nanak Dev Ji had questions and answers with the Siddhas. They sat down and spoke to those Siddhas and they were questioning, saying, how can this happen? If you're saying God is sitting there, agge jaake lekha dena, bande da sharir vi itthe naash ho jana, haddiyan vi itthe reh janiyan, agge kehda jayega? Which person is going to go there? But it was fitted into us. ਮਰਨ ਤੋਂ ਬਾਅਦ ਆ ਹੋਏਗਾ, ਮਰਨ ਤੋਂ ਬਾਅਦ ਇੱਦਾਂ ਬੰਦੇ ਦੀ ਕਚਹਿਰੀ ਲੱਗੇਗੀ, ਰੱਬ ਇੱਦਾਂ ਬੈਠ ਕੇ ਲੇਖਾ ਲਏਗਾ। ਗੁਰੂ ਨਾਨਕ ਪਾਤਸ਼ਾਹ turns around and says, what, how do you know what's going to happen after you die? ਕੀ ਪਤਾ ਕੀ ਹੋਣਾ, ਮੈਂ ਤਾਂ ਇਹ ਕਹਿ ਰਿਹਾ ਕਿ ਲੇਖਾ ਦੇਖਾ ਸਾਰਾ ਇੱਥੇ ਹੀ ਹੁੰਦਾ। ਆਖੋ ਸਤਨਾਮ। Everything happens here. Your actions are good, heaven is here. ਤੇਰੇ ਕੰਮ ਚੰਗੇ ਨੇ, ਘਰ ਹੀ ਸਵਰਗ ਬਣਾ ਲਏਗਾ। ਜੇ ਤੇਰੇ ਕੰਮ ਮਾੜੇ ਨੇ ਤਾਂ ਘਰ ਨੂੰ ਨਰਕ ਬਣਾ ਲਏਗਾ। ਅਗਲਾ ਕਿੰਨੇ ਵੇਖਿਆ, ਆਖੋ ਸਤਨਾਮ। ਪਰ ਸਾਡੇ ਵਿੱਚ ਇਹ ਪਾਇਆ ਗਿਆ ਸੀ, ਸਾਨੂੰ ਇਹ ਥੱਲੇ ਦਫਨਾਉਣ ਵਾਸਤੇ, ਟੂ ਕੀਪ ਅਸ ਇਨ ਦਾ ਫੀਟਸ ਆਫ ਦੀਸ ਪੁਜਾਰੀ ਸਿਸਟਮ, ਇਹ ਗੱਲਾਂ ਦੱਸੀਆਂ ਗਈਆਂ ਸੀ ਪਿਆਰਿਓ। ਪਰ ਗੁਰੂ ਨਾਨਕ ਦੇਵ ਜੀ ਰੋਜ਼ ਐਂਡ ਸੈਡ, ਨਾ ਮੈਂ ਨਹੀਂ ਇਹ ਮੰਨਦਾ। ਸਵਾਲ ਪੁੱਛਿਆ, ਦੇ ਕੁਐਸਚਨ ਦਿਸ ਸਿਸਟਮ, they questioned the Mr. God that was sitting on the cloud, and they said, why are you scaring people by saying these things? Generations upon generations are distancing from dharm. Ek minute sare bol ke dassyo, je rab ek a ta dharm kinne hoye, fir bolo ucchi bolo singho, je rab ek hai hai na ji, ekko hi app sara ta fir religions kinne hoye, ਧਰਮ ਕਿੰਨੇ ਹੋਏ, ਇੱਕ ਹੀ ਹੋਇਆ ਹੈ ਨਾ ਜੀ। ਮਜ਼ਹਬ ਵੱਖੋ ਵੱਖਰੇ ਨੇ, ਯੈਸ ਐਵਰੀਬਾਡੀ ਇਜ਼ ਗਾਟ ਡਿਫਰੈਂਟ ਆਈਡੈਂਟੀਟੀਜ਼, ਬਟ ਦ ਧਰਮ, ਦ ਲੋਅਰ ਆਫ ਨੇਚਰ ਇਜ਼ ਵਨ, ਇੱਕ ਪਰਮਾਤਮਾ ਜਿਹੜਾ ਪਸਰਿਆ ਹੋਇਆ, ਐਂਡ ਦ ਲੋਅਰ ਆਫ ਨੇਚਰ ਆਲ ਕਮਸ ਇਨਟੂ ਦੈਟ ਵਨ। ਐਂਡ ਇਹ ਗੱਲ ਜਦੋਂ ਸਮਝ ਆ ਗਈ ਤਾਂ ਬੜੇ ਨੁਕਤੇ ਖੁੱਲ ਜਾਣਗੇ। ਇਹ ਵੀ ਨਾਲ ਸਮਝ ਆ ਜਾਏਗਾ, ਅੱਗੇ ਮੈਂ ਰੱਬ ਨੂੰ ਕਹਿੰਦਾ ਸੀ ਰੱਬਾ ਮੇਰਾ ਕੰਮ ਕਰ ਦੇਈ, ਪਰ ਅੱਜ ਸਮਝ ਆਈ ਕਿ ਜੇ ਕ੍ਰੀਏਟਰ ਪਰਮਾਤਮਾ ਸਰਬ ਵਿਆਪਕ ਆ, ਦਾ ਕ੍ਰੀਏਟਰ ਵਿਦ ਇਨ ਮੀ, ਆਈ ਡੋਂਟ ਨੀਡ ਟੂ ਬੀ ਲੁਕਿੰਗ ਅਪ ਟੂ ਗੋਡ ਟੂ ਸੇ ਡੂ ਦਿਸ ਫੋਰ ਮੀ, ਗੋਡਸ ਵਿਦ ਇਨ ਮੀ, ਆਈ ਨੀਡ ਟੂ ਡੂ ਇਟ ਮਾਈਸੈਲਫ। ਆਖੋ ਸਤਨਾਮ। ਆਈ ਨੀਡ ਟੂ ਡੂ ਇਟ ਮਾਈਸੈਲਫ। ਅਰਦਾਸ ਕਰਨੀ ਇਹ ਹੁੰਦੀ ਸੀ, ਗੁਰੂ ਨਾਨਕ ਪਾਤਸ਼ਾਹ ਨੇ ਕਹਿਣਾ, ਆਪਣੇ ਆਪ ਨੂੰ ਕਾਇਮ ਕਰਕੇ ਮੈਂ ਕਰ ਸਕਦਾ ਹਾਂ। ਕੱਲ ਵੀ ਆਪਾਂ ਇਹ ਬੇਨਤੀਆਂ ਕੀਤੀਆਂ ਸੀ, is to motivate yourself. You know, when some people do ardaas, some people don't do ardaas. Thode andaron hi keh dende ne ki main ik karanga, thodeyan nu eh panthik jehdi ardaas karni aundi nahi hai gi. Some people don't know. Appa kehnde aa andaron ardaas karo, andaron, doesn't matter what language is in, doesn't matter if you're saying it in English, doesn't matter if it's in Urdu, doesn't matter if it's in Punjabi, it needs to be from inside. And from inside means that you need to act upon it as well. ਇਹ ਨਹੀਂ ਕਿ ਅਰਦਾਸ ਕੀਤੀ ਬਸ ਪਤਾ ਨਹੀਂ ਕਰਾਂਗੇ ਕਿ ਨਾ ਕਰਾਂਗੇ, ਕੋਈ ਨਾ, ਦੱਸ ਹਾਫ ਹਾਰਟਿਡ। ਯੂ ਨੀਡ ਟੂ ਹੈਵ 110% ਇਨ ਯੋਰਸੈਲਫ ਦੈਟ ਟੂਡੇ, ਅੱਜ ਮੈਂ ਬਿਜ਼ਨਸ ਸ਼ੁਰੂ ਕਰਨ ਲੱਗਾ, ਅੱਜ ਮੈਂ ਸ਼ੌਪ ਚਲਾਉਣ ਲੱਗਾ ਕਿ ਮੈਂ ਕਰਾਂਗਾ। ਦਿਸ ਇਜ਼ ਐਨ ਈਗੋ, ਦਿਸ ਇਜ਼ ਸੈਲਫ ਕੰਫੀਡੈਂਸ, ਦਿਸ ਇਜ਼ ਅਰਦਾਸ ਕਿ ਮੈਂ ਕਰਾਂ। ਰੱਬ ਕਿੱਥੇ ਆ ਸਾਡੇ ਅੰਦਰ, ਜੋਤ ਉਹਦੀ ਕਿੱਥੇ ਚੱਲ ਰਹੀ ਆ ਸਾਡੇ ਅੰਦਰ, ਇਜ਼ ਨਾਟ ਈਗੋਇਸਟਿਕ।
is from inside. Rabba tu hi ho karaya. Kive karaya? Mere andron hi akho satnam. Mehnat bande nu aap karni payi na pyare ho. Effort was from within. The hard work you put in and that hard work you did, and that's why you're reaping the benefit today. Inu appa kehnde ha ki rab utte ni. Rab kithe ha? Bolo singo, rab kithe ha? Sade andar. ਲੋਕੀ ਕਹਿੰਦੇ ਸੀ ਉੱਪਰ ਵਾਲਾ ਜਾਣੇ, ਗੁਰੂ ਨਾਨਕ ਪਾਤਸ਼ਾਹ ਨੇ ਸਿਖਾ ਲਿਆ ਅੰਦਰ ਵਾਲਾ ਜਾਣੇ, ਜੇ ਅੰਦਰ ਹੀ ਆ ਉਹ ਤਾਂ ਉਹ ਸਾਰੀਆਂ ਅੰਦਰਲੀਆਂ ਗੱਲਾਂ ਵੀ ਬੋਲੋ ਸਿੰਘੋ ਜਾਣਦਾ ਹੈ, ਤਾਂ ਹੀ ਆਪਾਂ ਕਹਿੰਦੇ ਨੇ ਕਿ ਅੰਤਰ ਜਾਮੀ ਹੈ ਉਹ, ਸਭ ਕੁਛ ਵੇਖਦਾ ਹੈ ਉਹ। ਰੱਬ ਤੋਂ ਦੂਰ ਹੋਣਾ ਆਪਣੇ ਆਪ ਤੋਂ ਦੂਰ ਹੋਣਾ ਹੁੰਦਾ, ਆਪਣੇ ਤੋਂ ਚੀਜ਼ ਲੁਕਾਉਣੀ ਰੱਬ ਤੋਂ ਲੁਕੋਈ ਕਿੱਦਾਂ ਜਾਏਗੀ? ਹਾਊ ਕੈਨ ਯੂ ਹਾਈਡ ਫਰੋਮ ਗੋਡ ਇਫ ਗੋਡ ਇਜ਼ ਵਿਦਿਨ? Hiding from God is like saying, I hide from myself. You can't hide from yourself. Idda ta Guru Nanak Paatshah ne eh gallan sanu samjhaiyan si. Eh naal naal hai na ji, jadon aapan law of nature samjhange ta naal naal eh vi aayega, these qualities, these virtues that I need to learn, they will come under making myself beautiful. Living in the law of nature, I need to create something, and to create something, I need to have qualities. Mere vich gun aan, mere vich gun paida hon, ta sach janeyo pyareyo, naam kahet Govind ka suchi pai rasna. Ek minute mainu bol ke dasyo, jehdi eh jeeba kade suchi hundi ya bolo? Bolo singo, nahi hundi hai na ji. The reason I keep saying bolo is to engage everybody. Nahi hundi hai na, this tongue, is it ever pure? It's not, is it? So what becomes pure is your mind thought process. ਵਿਚਾਰਾਂ ਚੰਗੀਆਂ ਹੁੰਦੀਆਂ ਨੇ, ਜੀਭ ਕਿੱਥੇ ਪਵਿੱਤਰ ਹੁੰਦੀ ਆ? The saliva, all those taste buds, everything's happening on that tongue. ਇਹ ਜੀਭ ਨਹੀਂ ਪਵਿੱਤਰ ਹੁੰਦੀ। ਨਾਮ ਕਹਿਤ ਗੋਬਿੰਦ ਕਾ ਦਾ ਮਤਲਬ ਕੀ ਹੋਇਆ? ਅੰਦਰਲੀ ਵਿਚਾਰ ਚੰਗੀ ਹੋ ਗਈ। ਜਦੋਂ ਮੈਂ ਵੇਖਿਆ ਕਿ ਗੋਬਿੰਦ ਸਰਬ ਵਿਆਪਕ ਆ, ਕਿ ਮੈਂ ਵੀ ਕੁਛ ਚੰਗਾ ਕਰਾਂ, ਚੰਗੀ ਵਿਚਾਰ ਮੇਰੇ ਅੰਦਰ ਆਈ, ਗੁੱਡ ਥੋਟਸ ਕੇਮ ਇਨ ਟੂ ਮਾਈ ਮਾਈਂਡ, ਤਾਂ ਕੀ ਹੋਇਆ? ਅੰਦਰਲੀ ਸੁਰਤ ਵਾਲੀ ਜੀਵ ਵੀ ਪਵਿੱਤਰ ਹੋ ਗਈ। ਆਖੋ ਸਤਨਾਮ। ਅੰਦਰਲੀ ਜੀਵ, ਸੁਰਤ ਦੀ ਜੀਵ। ਗੁਰੂ ਨਾਨਕ ਪਾਤਸ਼ਾਹ ਵੇਲੇ ਲੋਕੀ ਕਹਿੰਦੇ ਸੀ ਇੰਨੇ ਪਾਠ ਕਰੋ ਜੀਵ ਪਵਿੱਤਰ ਹੋ ਜਾਏਗੀ, ਤਾਂ ਗੁਰੂ ਬਾਬਾ ਸਾਡਾ ਕਹਿਣ ਲੱਗਾ ਇੱਦਾਂ ਕਿੱਦਾਂ ਪਵਿੱਤਰ ਹੋ ਜੂਗੀ? ਇੰਨਾ ਕੁਛ ਖਾ ਰਹੇ ਹਾਂ, ਇੰਨਾ ਸਲਾਈਵਰ ਖਾਣ ਤੋਂ ਬਾਅਦ ਵੀ ਕੰਮ ਚੱਲੀ ਜਾਂਦਾ, ਦ ਟੇਸਟ ਬਡਸ ਆਰ ਸਟਿਲ ਗੋਇੰਗ, ਦ ਟੰਗ ਵਿਲ ਨੈਵਰ ਬੀ ਪਿਓਰ, ਇਟਸ ਯੋਰ ਇਨਰ ਥੋਟਸ ਦੈਟ ਆਰ ਪਿਓਰ। ਜਿਹੜੀ ਸੁਰਤ ਦੀਆਂ, ਜਿਹੜੀ ਸੁਰਤ ਦੇ ਮੂੰਹ ਵਿੱਚੋਂ ਜਿਹੜੀ ਵਿਚਾਰ ਉੱਠਦੀ ਆ ਉਹ ਪਵਿੱਤਰ ਹੋਏਗੀ। ਆਹ ਸਰੀਰਕ ਨਹੀਂ, ਆਪਾਂ ਤਾਂ ਸਾਰਾ ਕੁਛ ਸਰੀਰ ਤੱਕ ਹੀ ਲੈ ਕੇ ਆ ਗਏ, ਸੀਮਤ ਕਰ ਲਿਆ, ਸਰੀਰ ਦੇ ਨਾਲ ਹੀ ਆ ਸਾਰਾ ਕੁਛ, ਪਰ ਨਹੀਂ। ਆ ਸ਼ਬਦ ਸੁਣਿਓ, ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਣਾ, ਗੱਜ ਕੇ ਸੁਣਿਓ ਆਪਣੇ ਪ੍ਰਭਦੀਪ ਸਿੰਘ ਕੋਲੋਂ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਨਾਮ ਕਹਿਤ ਗੋਬਿੰਦ ਕਾ ਸਾਰੀ ਸੰਗਤ ਬੋਲਿਓ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪ ਨਾ, ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪ ਨਾ, ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪ ਨਾ, ਮਨ ਤਨ ਨਿਰਮਲ ਹੋਈ ਹੈ
सूची पई रसना नाम गैत गोविंद को सूची पई रसना कहंदे मेरे अंदरों विचार सूची होई My thought process changed. My conscience tongue became pavitra, not the physical tongue, my conscience tongue. Everything's been related to the physical body, pyareo. Appa sareer naal hi sara jodta. Ek minute dasyo. Akhaan da doctor koi hor hai. Pairaan da doctor koi hor hai. Jeev nu kuch ho jaye doctor hor kol jana penda. पर गुरु इदां दा आया कि जे तू हना सुरत करके समझ आ गई तेरी जीव भी बदल जाएगी ठीक है जी अगे निंदिया कर रहे हैं सी हुण बदल गई हुण किसे दा की कहना अपने वाल वेखदा कि मैं कुछ बदला मैं कुछ चंगा करा साडे समाज विच ए घाटा प्यारियो इन आ पीपल इन आ सोसाइटी ए घाटा आपां ए वेखदे आ दूजा की करदा ए क्यों नहीं इदां कर रहे We're always pointing fingers at others, but we don't try and change ourselves. Main eh kehnda hunda je 100 banda samaj vich hai, 100 banda apne aap te work kar lag jave ke main badla, I want to change myself, main badla, main gurbani pad ke main guru gyan leke zindagi ch main kuch changa karan. Je 100 banda change ho lag gaya ta dekho ki society da ban jayega. Instead of pointing the finger, one finger out, three fingers point back at you. ਇੱਕ ਉਂਗਲ ਬਾਹਰ ਜਾਂਦੀ ਹੈ ਤਿੰਨ ਉਂਗਲਾਂ ਵਾਪਸ ਤੇਰੇ ਤੇ ਆਉਂਦੀਆਂ ਕਿ ਤੂੰ ਕੀ ਕਰਦਾ ਹੈ ਆਖੋ ਸਤਨਾਮ ਅੰਦਰੋਂ ਆਪਾਂ ਝਾਤੀ ਮਾਰ ਕੇ ਸਵੈ ਪ੍ਰਚੋਲ ਕਰਕੇ ਕੁਛ ਚੰਗਾ ਕਰੀਏ ਸਮਾਜ ਬਦਲਣ ਵਾਸਤੇ ਆਪਾਂ ਇੱਕ ਜ਼ਿੰਮੇਵਾਰੀ ਚੱਕ ਕੇ ਰਿਸਪੋਂਸਿਬਿਲਿਟੀ ਚੱਕ ਕੇ ਆਪਾਂ ਚੇਂਜ ਲੈ ਕੇ ਆਈਏ ਜੇ ਗੁਰਦੁਆਰੇ ਵਿੱਚ ਲੱਗਦਾ ਕੁਛ ਮਾੜਾ ਹੋ ਰਿਹਾ ਆਪਾਂ ਚੰਗਾ ਕਰੀਏ ਲੈਟਸ ਟ੍ਰਾਈ ਐਂਡ ਚੇਂਜ ਇਟ ਵੀ ਨੀਡ ਟੂ ਪਿਕ ਦਾ ਰਿਸਪੋਂਸਿਬਿਲਿਟੀ ਓ ਐਂਡ ਦ ਡੇ ਦਾ ਥੋਟ ਪ੍ਰੋਸੈਸ ਚੇਂਜਸ In this Shabad, Pancham Paatshah Guru Arjan Dev Ji Maharaj says, Man, Tan, the mind, the tan, the body, Nirmal hoi hai. Nirmal means without filth. Hoi hai. Hon agge maili vichar si, hon changi vichar hogi, ujjal vichar. Ta agge maade saade karma sege, paav kam si. With the body we were doing wrongdoings, hon saade sreer karke bhi kam change ho gaye. ਤਾਂ ਹੋਰ ਸੁਣੀਏ ਪਿਆਰਿਓ ਸਾਧ ਸੰਗਤ ਕੈ ਬਾਸ ਬੈ ਸਾਧ ਸੰਗਤ ਕੈ ਬਾਸ ਬੈ ਕਲ ਮਲ ਸਭ ਨਸਨਾ ਸਾਧ ਸੰਗਤ ਕੈ ਬਾਸ ਬੈ ਕਲ ਮਲ ਸਭ ਨਸਨਾ ਪ੍ਰਭ ਸੇ ਤੀਰੰਗ ਰਾਤਿਆ ਤਾਤੇ ਗਰਭ ਨਾ ਗ੍ਰਸਨਾ ਪ੍ਰਭ ਸੇ ਤੀਰੰਗ ਰਾਤਿਆ ਤਾਤੇ ਗਰਭ ਨਾ ਗ੍ਰਸਨਾ ਨਾਮ ਕੈਤ ਗੋਬਿੰਦ ਕਾ ਸੂਚੀ ਪਈ ਰਸਨਾ ਸਾਧ ਸੰਗਤ ਕੈ ਵਾਸ ਪੈ ਕਲ ਮਲ ਸਭ ਨਸਨਾ ਬਾਈ ਡੂਇੰਗ ਦ ਸੰਗਤ ਆਫ ਦੀਸ ਕੁਆਲਿਟੀ ਸਾਧ ਸੰਗਤ ਹੁਣ ਮਾਫ਼ ਕਰਿਓ ਪਿਆਰਿਓ ਮੇਰੇ ਵਰਗਾ ਕਿਸੇ ਨੇ ਚੋਲਾ ਪਾਇਆ ਹੋਵੇ ਪੰਜ ਬੰਦੇ ਨਾਲ ਫਿਰਦੇ ਹੋਣ ਕਹਿਣਾ ਸੰਤ ਆ ਗਿਆ ਇੱਦਾਂ ਹੀ ਹੁੰਦਾ ਨਾ ਪਿਆਰਿਓ ਚਿੱਟਾ ਚੋਲਾ ਪਾ ਲਿਆ ਗੋਲ ਦਸਤਾਰ ਬੰਨ ਲਈ ਮੇਰੇ ਨਾਲ ਵਰਗੀ ਗੋਲ ਪੱਗ ਬੰਨ ਕੇ ਵੀ ਸਹੀ ਸੰਤ ਇਜ਼ ਹੇਅਰ ਦ ਸੰਤ ਬਾਬਾ ਇਜ਼ ਹੇਅਰ ਬਟ ਗੁਰੂ ਨਾਨਕ ਦੇਵ ਜੀ ਸੈਡ ਨੋ ਵੀ ਨਾਟ ਗੋਇੰ ਬੀ ਫੋਲੋਇੰਗ ਦੀਸ ਗੋਡ ਮੈਨ ਵੀ ਫੋਲੋ ਦ ਵਨ ਵੀ ਫੋਲੋ ਦ ਲੋਅਰ ਆਫ ਨੇਚਰ ਗੁਰੂ ਗਿਆਨ ਲੈ ਕੇ ਜ਼ਿੰਦਗੀ 'ਚ ਗੁਣ ਲੈ ਕੇ ਆਓ ਜਦੋਂ ਆਪਾਂ ਸੰਤ ਦੀ ਪਰਿਭਾਸ਼ਾ ਕਰਦੇ ਹਾਂ ਸਾਧ ਸੰਗਤ ਦੀ ਸਾਧਨਾ ਕਰਨ ਵਾਲਿਆਂ ਦੀ ਸਾਧੂਆਂ ਦੀ ਇਹ ਆ ਜਿਹੜੇ ਗੁਣ ਧਾਰਨ ਕਰਦੇ ਆ ਅੰਦਾਖ ਵੀ ਐਨੀ ਬਾਡੀ ਗਾਇਸ ਜਿਹੜੇ ਗੁਣ ਗ੍ਰਹਿਣ ਕਰਦੇ ਆ ਕੋਈ ਗੋਰਾ ਵੀ ਤੁਹਾਨੂੰ ਮਿਲ ਸਕਦਾ ਜਿਹਦੇ ਵਿੱਚ ਗੁਣ ਹੋਣ ਕੋਈ ਕਾਲਾ ਬੰਦਾ ਵੀ ਮਿਲ ਸਕਦਾ ਜਿਹਦੇ ਵਿੱਚ
ਬੋਲੋ ਸਿੰਘੋ ਗੁਣ ਹੋਣ। ਇਹ ਜ਼ਰੂਰੀ ਨਹੀਂ ਕਿ ਮੇਰੇ ਪੱਗ ਵਾਲੇ ਵਿੱਚ ਹੀ ਇਕੱਲੇ ਗੁਣ ਨੇ। ਹਰੇਕ ਇਨਸਾਨ ਵਿੱਚ ਕੁਆਲਿਟੀਜ਼ ਆ, ਕੁਆਲਿਟੀਜ਼ ਲਓ, ਟੇਕ ਦੋਸ ਗੁੱਡ ਕੁਆਲਿਟੀਜ਼ ਆਊਟ ਆਫ ਪੀਪਲ। ਗੁਣ ਲੈਣੇ ਨੇ ਆਪਾਂ। ਅਨਸਾਧ ਸੰਗਤ ਕਹਿ ਬਾਸ ਪੈ ਕਲ ਮਲ ਸਭ ਨਸਣਾ। ਕਹਿੰਦੇ ਜਦੋਂ ਮੈਂ ਸਾਧ ਸੰਗਤ ਵਿੱਚ ਆ ਕੇ ਸੰਤ ਲਏ ਭਾਵ ਗੁਣ ਲਏ, ਠੀਕ ਆ ਜੀ, ਤਾਂ ਮੇਰੀ ਜ਼ਿੰਦਗੀ ਕੀ ਬਣ ਗਈ? ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਸੋਹਣੀ ਬਣ ਗਈ। ਇੱਕ ਮਿੰਟ ਮੈਨੂੰ ਦੱਸਿਓ, ਲੋਕੀ ਹੀਰੇ ਕਿਉਂ ਪਾਉਂਦੇ ਨੇ ਪਿਆਰਿਓ? ਵਾਈ ਡੂ ਪੀਪਲ ਵੇਅਰ ਲਵਜ਼ ਜੂਲਰੀ? ਟੂ ਲੁੱਕ ਗੁੱਡ, ਇਜ਼ਨਟ ਇਟ, ਸੋਹਣੇ ਲੱਗਣ ਵਾਸਤੇ। ਤਾਂ ਗੁਰਬਾਣੀ ਚ ਮਹਾਰਾਜ ਕਹਿੰਦੇ ਨੇ ਮੈਨੂੰ ਹੁਣ ਗਹਿਣਿਆਂ ਦੀ ਲੋੜ ਨਹੀਂ ਪਈ, ਮੇਰੇ ਗੁਣ ਗਹਿਣੇ ਬਣ ਗਏ। ਕੁਆਲਿਟੀਜ਼ ਹੈਵ ਬਿਕਮ ਮਾਈ ਜੂਲਰੀ। ਬੰਦੇ ਨੇ ਬਹੁਤ ਮੁੰਦੀਆਂ ਵੀ ਪਾਈਆਂ ਹੋਣ, ਹੁਣ ਵੇਖੋ ਪੌੜੀਆਂ ਨੇ ਪਾਓ। ਇੰਡੀਆ ਜਦੋਂ ਜਾਈਦਾ ਹੈ ਨਾ, ਤੁਸੀਂ ਵੇਖੀਦਾ ਆ ਕਿ ਜਿਹੜੀ ਪੇਟੀ ਟਰੰਕ 'ਚ ਸਾਰਾ ਕੁਛ ਰੱਖਿਆ ਹੁੰਦਾ ਨਾ ਬੈਂਕਾਂ 'ਚ ਸੋਨਾ, ਇੰਡੀਆ ਜਾਣ ਵੇਲੇ ਸਾਰਾ ਕੁਛ ਪਾ ਲਈਦਾ, ਮੁੰਦੀਆਂ ਵੀ, ਬਰੇਸਲੈਟਾਂ ਵੀ, ਗੋਲਡ ਵਾਚ ਇਜ਼ ਵੈਲ, ਐਂਡ ਦ ਨੈਕਲੈਸ ਕਮਸ ਆਊਟ ਇਜ਼ ਵੈਲ, ਯੂ ਨੋ ਦ 50 ਪੀ ਰਿੰਗਸ ਦੈਟ ਯੂ ਹੈਵ, ਦੋਜ਼ ਬਿਗ ਵਨਸ, ਉਹ ਵੀ ਪਾ ਕੇ ਹੈ ਨਾ ਜੀ। ਆਪਾਂ ਇੰਡੀਆ ਜਾਂਦੇ ਹਾਂ, ਇੰਡੀਆ ਵਿੱਚ ਬੈਠਣ ਵਾਲੇ ਪਿੰਡ ਵਾਲੇ ਵੇਖ ਕੇ ਕਹਿੰਦੇ ਨੇ ਬੜਾ ਸਰਦਾਰ ਆ ਗਿਆ, ਤਾਂ ਪੈਸੇ ਦਰਖਤਾਂ 'ਤੇ ਪੱਟ ਕੇ ਲੈ ਕੇ ਆਉਂਦੇ ਨੇ। ਇੰਨਾ ਪੈਸਾ ਕਿੱਥੋਂ ਆ ਗਿਆ? ਜਸਟ ਫੋਰ ਦ ਸ਼ੋਅ, ਕਿ ਲੋਕੀ ਕਹਿਣ ਸੋਹਣਾ ਲੱਗਦਾ ਬੰਦਾ, ਕਿਉਂ ਜੂਲਰੀ ਇੰਨੀ ਪਾ ਲਈ? ਪਰ ਜੇ ਤੇਰੇ ਕੋਲ ਬੋਲਣ ਦਾ ਚੱਜ ਨਾ ਹੋਇਆ, ਗਹਿਣੇ ਪਾ ਤਾਂ ਲਏ ਆ ਪਰ ਬੋਲਣ ਦਾ ਚੱਜ ਨਹੀਂ, ਲੋਕਾਂ ਨੇ ਕਹਿਣਾ ਆਪਣੇ ਘਰ ਵੱਡਾ ਹੋਊ ਸਾਨੂੰ ਕੀ, ਆਪਣੇ ਘਰ ਵੱਡਾ ਹੋਏਗਾ ਆਪਾਂ ਕੀ ਲੈਣਾ? ਵਟ ਡੂ ਵੀ ਵਾਂਟ? ਪੀਪਲ ਵਾਂਟ ਟੂ ਨੋ, ਕੈਂਚੀ ਦੀ ਚੱਪਲ ਪਾਈ ਹੋਵੇ, ਠੀਕ ਆ ਜੀ, ਇੰਡੀਆ ਉੱਥੇ ਸੜਕ ਤੇ ਬੈਠਾ ਹੋਵੇ, ਪਰ ਜੇ ਤੇਰੇ ਵਿੱਚ ਕੋਈ ਕਲਾ ਆ, ਵਧੀਆ ਗਾ ਰਿਹਾ, ਤਾਂ ਤੁਰਨ ਵਾਲਾ ਵੀ ਖੜ ਕੇ ਵੇਖਦਾ ਯਾਰ ਆਵੇ ਕਿੰਨਾ ਵਧੀਆ ਗਾਉਂਦਾ ਆ। ਕਿਉਂ ਕਦਰ ਆ? ਕਦਰ ਕਿਹਦੀ ਆ? ਬੋਲੋ ਸਿੰਘੋ, ਕਦਰ ਹੈ, ਬੋਲੋ ਸਿੰਘੋ, ਕਦਰ ਹੈ ਗੁਣਾਂ ਦੀ, ਵਰਚੂਜ਼, ਕੁਆਲਿਟੀਜ਼। ਦੈਟਸ ਵਾਟ ਗੁਰੂ ਜੀ ਸੈਜ਼, ਬ੍ਰਿੰਗ ਇਨ ਟੂ ਯੋਰ ਲਾਈਫ, ਬਿਕਾਜ਼ ਦੈਟਸ ਵਾਟਸ ਗੋਇੰਗ ਟੂ ਮੇਕ ਯੂ ਬਿਊਟੀਫੁਲ, ਨਾਟ ਦ ਲਕਸ਼ਰੀਜ਼ ਵੀ ਹੈਵ, ਨਾਟ ਦ ਵਰਲਡਲੀ ਪੋਜੈਸ਼ਨਸ ਵੀ ਹੈਵ। ਐਂਡ ਮੈਂ ਬੜੀ ਵਾਰ ਆਖਦਾ ਹੁੰਦਾ, ਸੰਤ ਮਤਲਬ ਗੁਣ, ਕਿਸੇ ਸਰੀਰ ਦਾ ਨਾਂ ਨਹੀਂ ਸੰਤ। ਇੱਕ ਮਿੰਟ ਹੁਣ ਧਿਆਨ ਥੋੜ੍ਹਾ ਦਿਓ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ, ਇੱਕ ਮਿੰਟ ਮੈਨੂੰ ਬੋਲ ਕੇ ਦੱਸਿਓ ਸਾਰੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ, ਕਲਗੀਆਂ ਵਾਲੇ ਤੱਕ, ਠੀਕ ਆ ਜੀ, ਇੱਕ ਵਾਰੀ ਮੈਨੂੰ ਬੋਲ ਕੇ ਦੱਸੋ ਕਿਹੜਾ ਸੰਤ ਹੋਇਆ? ਬੋਲ ਕੇ ਦੱਸੋ ਸਿੰਘੋ, ਸੰਤ ਹੋਇਆ ਇਤਿਹਾਸ ਵਿੱਚ? ਬੋਲ ਕੇ ਦੱਸੋ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਬਾਬਾ ਬੁੱਢਾ ਜੀ ਹੋਏ, ਠੀਕ ਆ ਜੀ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਫਿਰ ਸੰਤ ਕਿੱਥੋਂ ਆ ਗਏ? ਆਖੋ ਸਤਨਾਮ, ਸੰਤ ਕਿੱਥੋਂ ਆ ਗਿਆ ਸ਼ਬਦ, ਕਦੇ ਸੋਚਿਆ ਇਹ? ਫਿਰ ਆਪਾਂ ਕਹਿੰਦੇ ਹਾਂ ਸੰਤ ਸ਼ਬਦ ਸੁਖਮਨੀ ਸਾਹਿਬ ਵਿੱਚ ਆਉਂਦਾ ਹੈ, ਪੰਚਮ ਪਾਤਸ਼ਾਹ ਨੇ ਸੰਤਾਂ ਦੀ ਸਿਫਤ ਕੀਤੀ ਹੈ, ਪਰ ਮੈਨੂੰ ਇਹ ਦੱਸੋ, ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੇਲੇ ਸੀ, ਤਾਂ ਉਹਨਾਂ ਦਾ ਨਾਂ ਕਿਉਂ ਨਹੀਂ ਸੀ ਸੰਤ ਬਾਬਾ ਬੁੱਢਾ ਜੀ? ਜੇ ਸੰਤਾਂ ਸਰੀਰ ਦੀ ਗੱਲ ਹੋ ਰਹੀ ਆ, ਨਾ ਭਾਈ, ਸੰਤ ਮਤਲਬ ਦ ਕੁਆਲਿਟੀਜ਼, ਦ ਡੇਜ਼ ਦੋ ਸੇਂਟਲੀ ਕੁਆਲਿਟੀਜ਼ ਕਮ ਇਨ ਟੂ ਯੋਰ ਲਾਈਫ, ਯੂ ਬਿਕਮ ਸੇਂਟਲੀ, ਯੂ ਡੋਨਟ ਗੋ ਅਰਾਊਂਡ ਰਾਈਟਿੰਗ ਔਨ ਯੋਰ ਨੇਮ ਸੰਤ ਬਾਬਾ ਫਲਾਨਾ ਸਿੰਘ, ਓ ਸੰਤ ਬਾਬਾ ਸਮਥਿੰਗ, ਯੋਰ ਸੇਂਟਲੀ ਕੁਆਲਿਟੀਜ਼ ਮੇਕ ਯੂ ਸੇਂਟਲੀ, ਨਾਟ ਦ ਨੇਮ ਗਾਈਜ਼। ਇੱਕ ਸੋਚਣ ਦੀ ਗੱਲ ਆ, ਸਵਾਲ ਪੁੱਛਿਆ ਕਰੋ ਇਹ, ਜੇ ਕੋਈ ਤੁਹਾਨੂੰ ਕਹੇ ਕਿ ਸੰਤ ਕੋਈ ਆ ਰਹੇ ਆ, ਸੰਤ ਪੁੱਛਿਆ ਕਰੋ। ਇੱਕ ਤਾਂ ਡਰਦੇ ਮਾਰੇ ਨਹੀਂ ਪੁੱਛਦੇ, ਪਤਾ ਨਹੀਂ ਕਿ ਅੱਗਿਓਂ ਸਾਡੇ ਪਤਾ ਨਹੀਂ ਕੀ ਕਹਿ ਦੇਣਾ, ਪਰ ਨਹੀਂ, ਇਹ ਸਵਾਲ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਪੁੱਛੋ, ਸਵਾਲ ਕਰੋ। ਪਰ ਅੱਜ ਜੇ ਆਪਾਂ ਸਵਾਲ ਕਰਾਂਗੇ ਅੱਗਿਓਂ, ਦੱਸਾਂ ਕੀ ਕਹਿੰਦੇ ਨੇ, ਇਹਨਾਂ ਵਿੱਚ ਸ਼ਰਧਾ ਨਹੀਂ ਹੈਗੀ, ਆਖੋ ਸਤਨਾਮ, ਇਹਨਾਂ ਵਿੱਚ ਫੇਥ ਨਹੀਂ ਹੈਗਾ, ਕਿਉਂਕਿ ਸਵਾਲ ਪੁੱਛਦੇ ਆ। ਬਟ ਨੋ, ਵੀ ਨੀਡ ਟੂ ਕਲੀਅਰ ਦੀਸ ਥਿੰਗਸ ਆਊਟ ਫੋਰ ਦ ਨੈਕਸਟ ਜਨਰੇਸ਼ਨ, ਬਿਕਾਜ਼ ਇਨ ਗੁਰੂਜ਼ ਆਈਜ਼ ਵੀ ਆਰ ਆਲ ਵਨ, ਭੈਣ ਭਰਾ ਆਪਾਂ ਸਾਰੇ ਆ, ਕੋਈ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ। ਸੋ ਸਾਧ ਸੰਗਤ ਕੇ ਬਾਸਬੇ ਦਾ ਮਤਲਬ ਕੀ ਹੋਇਆ? ਜਦੋਂ ਮੈਂ ਸੰਤਾਂ ਦੇ ਗੁਣ ਲਏ ਮੇਰੀ ਜ਼ਿੰਦਗੀ 'ਚ, ਗੁਰੂ ਤੋਂ ਸੰਤ ਗੁਣ ਲੈ ਕੇ ਮੈਂ ਕੀ ਬਣ ਗਿਆ? ਆਈ ਬਿਕਮ ਸੇਂਟਲੀ। ਕੀ ਹੋਇਆ? ਸਭ ਨਸਣਾ ਕਲ ਮਲ ਸਭ ਨਸਣਾ, ਪ੍ਰਭ ਸੇ ਤੀ ਰੰਗ ਰਾਤਿਆ। ਹੁਣ ਕੀ ਹੋਇਆ? ਰੰਗ ਚੜ ਗਿਆ, ਭਾਵ ਜ਼ਿੰਦਗੀ ਵਧੀਆ ਹੋ ਗਈ, ਗੁਣ ਮੇਰੀ ਜ਼ਿੰਦਗੀ 'ਚ ਆਏ, ਰੰਗ ਲੱਗ ਗਿਆ ਜੀ, ਰੰਗ ਭਾਗ ਲੱਗੇ ਨੇ। ਘਰ ਵਿੱਚ ਰੌਣਕ ਹੋਵੇ ਆਪਾਂ ਕੀ ਕਹਿੰਦੇ ਆ? ਰੰਗ ਭਾਗ ਲੱਗੇ ਆ।
ਤਾਂ ਗੁਰੂ ਵੀ ਕਹਿ ਰਿਹਾ ਜਦੋਂ ਤੇਰੀ ਜ਼ਿੰਦਗੀ 'ਚ ਗੁਣ ਆ ਗਏ ਤੇਰੀ ਜ਼ਿੰਦਗੀ ਵਿੱਚ ਕੀ ਹੋਏਗਾ ਰੰਗ ਭਾਗ ਲੱਗ ਜਾਣਗੇ ਯੋ ਹਾਊ ਲਾਈਫ ਵਿਲ ਬੀ ਇੰਬਰੂਡ ਵਿਦ ਦ ਕਲਰ ਆਫ ਟਰੂਥ ਹੋਰ ਸੁਣੋ ਪਿਆਰਿਓ ਹਰ ਰਸ ਹਰ ਰਸ ਚਾਕਤ ਤ੍ਰਾਪਿਆ ਮਨ ਰਸ ਲੈ ਹੱਸਣਾ ਹਰ ਰਸ ਚਾਕਤ ਤ੍ਰਾਪਿਆ ਮਨ ਰਸ ਲੈ ਹੱਸਣਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਗਸਣਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਗਸਣਾ ਹਮ ਕਹਿਤ ਗੋਬਿੰਦ ਕਾ ਸੂਚੀ ਪਈ ਗੱਜ ਕੇ ਸੰਗਤੇ ਨਾਮ ਕੈਤ ਗੋਬਿੰਦ ਕਾ ਸੂਚੀ ਪਈ ਰਸਨਾ ਸ਼ੀਤਲ ਸ਼ਾਂਤ ਸੰਤੋਖ ਹੋਏ ਸਭ ਪੂਜੀ ਤ੍ਰਿਸ਼ਨਾ ਸ਼ੀਤਲ ਸ਼ਾਂਤ ਸੰਤੋਖ ਹੋਏ ਸਭ ਪੂਜੀ ਤ੍ਰਿਸ਼ਨਾ ਦੇਹ ਦਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ ਦੈਦ ਸਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਨਾਮ ਕਹਿਤ ਗੋਬਿੰਦ ਕਾ ਅੰਦਰੋਂ ਸ਼ੀਤਲ ਸ਼ਾਂਤ ਹੋ ਗਏ ਵੀ ਸੈਟਿਸਫਾਈਡ ਫਰੋਮ ਵਿਦ ਇਨ ਕੰਟੈਂਟ ਵੀ ਆ ਸੰਤੋਖ ਨਹੀਂ ਤਾਂ ਮਾਫ ਕਰਿਓ ਪਿਆਰਿਓ ਬਾਣੀ ਬਹੁਤ ਪੜ੍ਹਦੇ ਹਾਂ ਆਪਾਂ ਘਰਾਂ ਵਿੱਚ 24-24 ਘੰਟੇ ਸੁਖਮਨੀ ਸਾਹਿਬ ਲੱਗਾ ਹੋਇਆ ਲਾਉਣਾ ਲਾਓ ਠੀਕ ਆ ਤੁਹਾਡੀ ਮਰਜ਼ੀ ਹੈ ਪਰ ਅੰਦਰੋਂ ਸ਼ਾਂਤ ਨਹੀਂ ਹੋਏ ਨੌਜਵਾਨ ਮਾਵਾਂ ਨੂੰ ਕਹਿੰਦੇ ਆ ਮਾਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੀ ਆ ਪਰ ਫਿਰ ਵੀ ਚੁਗਲੀ ਫਿਰ ਵੀ ਲੋਕਾਂ ਦਾ ਮਾੜਾ ਫਿਰ ਵੀ ਲੋਕਾਂ ਦੀ ਬੁਰਿਆਈ ਫਿਰ ਵੀ ਲੋਕਾਂ ਨਾਲ ਮਾੜਾ ਹੋ ਜੇ ਸੋ ਦੈਟ ਮੀਨਸ ਦੈਟ ਸਮਥਿੰਗ ਰੋਂਗ ਬਾਣੀ ਪੜ੍ਹਦੀ ਹਾਂ ਪਰ ਤੇਰੇ ਅਸਰ ਨਹੀਂ ਹੋਇਆ ਗੋਲੀ ਖਾ ਰਹੇ ਹਾਂ ਪਰ ਤੇਰੇ ਹਲੇ ਇਨਫੈਕਸ਼ਨ ਹੀ ਹੈ ਸਹਿਜ ਪਾਠ ਕਰਦੇ ਹਾਂ ਪਰ ਕੁਛ ਚੇਂਜ ਨਹੀਂ ਹੋਇਆ ਇੱਦਾਂ ਥੋੜੋ ਸੀ ਕਿ ਇੱਦਾਂ ਹੀ ਚੇਂਜ ਹੋ ਜਾਣਾ ਤੈਨੂੰ ਪੜ੍ਹ ਕੇ ਸਮਝ ਕੇ ਆਪ ਚੇਂਜ ਸੁਭਾਅ ਕਰਨਾ ਪੈਣਾ ਸੀ ਇੱਦਾਂ ਨਹੀਂ ਹੋ ਜਾਣਾ ਸੀਗਾ ਕਿ ਲੈਟ ਆਏਗੀ ਤਾਂ ਬੰਦਾ ਇੱਦਾਂ ਹੀ ਬਦਲ ਜਾਏਗਾ ਨਾ ਭਾਈ ਆਪ ਕਰਨੀ ਪੈਣੀ ਸੀ ਮਿਹਨਤ ਉੱਦਮ ਕਰਿੰਦੇ ਆ ਜੀਓ ਤੂੰ ਕਮਾਵਦਿਆਂ ਸੁੱਖ ਭੁੰਚ ਅੰਦਰੋਂ ਕੀ ਸਾਡੇ ਚੰਗਾ ਕੀ ਆਉਣਾ ਸਾਡੇ ਨਵੀਂ ਕੀ ਚੀਜ਼ ਆਉਣੀ ਨਿਊ ਥਿੰਗ ਇਨ ਸਾਈਡ ਵੇ ਫੁੱਲ ਕੰਪਿਊਟਰ ਸਕਰੀਨ ਆ ਜਦੋਂ ਮੈਮਰੀ ਫੁੱਲ ਹੋਵੇ ਉੱਤੇ ਕੀ ਆ ਜਾਂਦਾ ਸਾਈਨ ਡਿਲੀਟ ਸਮ ਅਦਰ ਸੋਫਟਵੇਅਰ ਡਿਲੀਟ ਵਾਈ ਬਿਕਾਜ਼ ਮੈਮਰੀ ਇਜ਼ ਫੁੱਲ ਇੱਦਾਂ ਹੀ ਆ ਜਾਂਦਾ ਨਾ ਜੀ ਕੰਪਿਊਟਰਾਂ 'ਤੇ ਫੋਨਾਂ 'ਤੇ ਆ ਜਾਂਦਾ ਨਾ ਇਨਫ ਮੈਮਰੀ ਫਿਰ ਆਪਾਂ ਫੋਟੋਆਂ ਡਿਲੀਟ ਕਰਕੇ ਫਿਰ ਫੋਟੋ ਜੇ ਖਿੱਚਣੀ ਹੋਵੇ ਪੁਰਾਣੀਆਂ ਡਿਲੀਟ ਕਰਨੀਆਂ ਪੈਂਦੀਆਂ ਨੇ ਪਿਆਰਿਓ ਜ਼ਿੰਦਗੀ ਵਿੱਚ ਚੇਂਜ ਲੈ ਕੇ ਆਉਣੀ ਆ ਮਾੜਾ ਸੁਭਾਅ ਡਿਲੀਟ ਬੋਲੋ ਸਿੰਘੋ ਡਿਲੀਟ ਕਰਨਾ ਪੈਣਾ ਤਾਂ ਸੰਤੋਖੀ ਹੋਵਾਂਗੇ ਤਾਂ ਸ਼ਾਂਤ ਹੋਵਾਂਗੇ ਕੋਈ ਕਹਿ ਰਿਹਾ ਸੀ ਚੰਦਰਮਾ ਤੇ ਬੜੀ ਠੰਡ ਆ ਕੋਈ ਕਹਿ ਰਿਹਾ ਸੀਗਾ ਕਿ ਚੰਦਨ ਦਾ ਰੁੱਖ ਬੜੀ ਠੰਡ ਦੇ ਰਿਹਾ ਪਰ ਗੁਰੂ ਮਹਾਰਾਜ ਨੂੰ ਪੁੱਛ ਕੇ ਵੇਖੋ ਗੁਰੂ ਕਹਿ ਰਿਹਾ ਸੀ ਕਿ ਸਮਝਾ ਰਿਹਾ ਸਾਨੂੰ ਕਿ ਚੰਦਰਮਾ ਤੋਂ ਕੀ ਸੁਖੀ ਕੀ ਸੀਤਲ ਮਿਲੇਗਾ ਕਹਿੰਦੇ ਠੰਡ ਉਦੋਂ ਆ
कि जदों साडे अंदर नाम आएगा, नाम मतलब ज्ञान आएगा, ज्ञान मतलब बंदा समझदार होएगा। जदों नाम आ गया बंदा समझदार हो गया, अंदरों शांति आ गई। कखां दी कुल्ली विच भी रहिंदा बंदा शांत आ जे अंदरों संतोखी हो गया, नाम आ गया। पर जे अंदरों नाम ना आया, वड्डे महल विच आपां रहिआ करिए पर अंदरों ना शीतल होया मन, ना संतोखी होया मन। वाई क्योंकि इस सुरत दी जीव ने नाम लैके पवित्र नहीं होई, भाव अपनी विचार चंगी नहीं बनाई। आखरी पंक्ति सुनिए फिर करिए समाप्ति। प्यारियो गज के राखन हारे राखिया, राखन हारे राखिया पे प्रम बसना, राखन हारे राखिया पे परम बसना। नाम निदान नानक सुखी पेक साध दर्शना, नाम निदान नानक सुखी पेक साध दर्शना। नाम कहत गोविंद का सूची पै रसना, नाम कहत गोविंद का सूची पै रसना। सुरत सूची हो गई। The four processes changed. And in the last pangati, Guru Maharaj in this shabd says to us, Rakhan hara rakhya. Samjhdar banda jadon guru to gyan leke samjh aundi hai na ji, ta fir aap hi rakhiya hi hundi hai jidhar jayega. He will know how to protect himself, what to do in what situation. Jehda gyanwan hove, samjhdar hove, ohdi aap rakhi hundi hai. ਇਹ ਨਹੀਂ ਕਿ ਗਲਤੀ ਕਰਕੇ ਕਹੇਗਾ ਮੇਰੀ ਹੁਣ ਰੱਖਿਆ ਕਰ ਲਓ, ਉਹ ਪਹਿਲਾਂ ਹੀ ਸਮਝਦਾਰ ਹੈ। He first step that person knows, and the last bit Guru Sahib says in this Shabad, Naam Nidhan Nanak Sukhi. Nanak says, the person that has the treasure of knowledge, the person that has the treasure of Naam in his life, ਉਹ ਹੀ ਸੁਖੀ ਹੈ। ਨਹੀਂ ਤਾਂ ਬੜੀ ਵਾਰ ਆਪਾਂ ਪੜ੍ਹਦੇ ਹਾਂ, ਚਲੋ ਅੱਜ ਵੀ ਪੜ੍ਹ ਲਈਏ, ਗੱਜ ਕੇ ਬੋਲਿਓ ਸਾਰੀ ਸੰਗਤ। दुखिया सब संसार नानक दुखिया, नानक दुखिया ओ दुखिया सब संसार नानक दुखिया, नानक दुखिया बोले सब संसार नानक दुखिया, नानक दुखिया दुखिया सब संसार नानक दुखिया, नानक बोलो दुखिया सब संसार नानक दुखिया, नानक दुखिया दुखिया सब संसार नानक दुखिया, नानक दुखिया दुखिया सब गज कहे दुखिया नानक दुखिया, नानक दुखिया सब संसार नानक दुखिया, नानक दुखिया ओ दुखिया सब संसार नानक दुखिया, नानक दुखिया सब संसार नानक दुखिया, नानक दुखिया दुखिया सब संसार नानक दुखिया, नानक दुखिया दुखिया संसार नानक दुखिया, नानक दुखिया दुखिया सब संसार नानक दुखिया, नानक सारी संगत दुखिया दुखिया संसार नानक दुखिया, नानक दुखिया दुनिया दे दुखड़े दूर करे, दुनिया दे दुखड़े दूर करे दुखड़े दूर करे, दुनिया दे दुखड़े दूर
ਦੁਨੀਆਂ ਦੇ ਦੁਖੜੇ ਦੂਰ ਕਰੇ ਸਤਿਗੁਰ ਤੇਰੀ ਵਾਣੀ ਦੁਨੀਆਂ ਦੇ ਦੁਖੜੇ ਦੂਰ ਕਰੇ ਦੁਨੀਆਂ ਦੇ ਦੁਖੜੇ ਬੋਲੋ ਸਤਿਗੁਰ ਤੇਰੀ ਵਾਣੀ ਦੁਨੀਆਂ ਦੇ ਦੁਖੜੇ ਦੂਰ ਕਰੇ ਦੁਨੀਆਂ ਦੇ ਦੁਖੜੇ ਦੂਰ ਕਰੇ ਸਤਿਗੁਰ ਤੇਰੀ ਵਾਣੀ ਸਤਿਗੁਰ ਤੇਰੀ ਬਾਣੀ ਸਤਿਗੁਰ ਜੀ ਦੀ ਬਾਣੀ ਉਹ ਸਤਿਗੁਰ ਤੇਰੀ ਬਾਣੀ ਬੋਲੇ ਤੇਰੀ ਬਾਣੀ ਸਤਿਗੁਰ ਤੇਰੀ ਬਾਣੀ ਸਤਿਗੁਰ ਜੀ ਦੀ ਬਾਣੀ ਸਤਿਗੁਰ ਤੇਰੀ ਬਾਣੀ ਬੋਲੋ ਸਤਿਗੁਰ ਸਤਿਗੁਰ ਤੇਰੀ ਬਾਣੀ ਸਤਿਗੁਰ ਜੀ ਦੀ ਸਤਿਗੁਰ ਜੀ ਦੀ ਬਾਣੀ ਓ ਸਤਿਗੁਰ ਜੀ ਦੀ ਬਾਣੀ ਬੋਲੋ ਸਤਿਗੁਰ ਜੀ ਦੀ ਬਾਣੀ ਸਤਿਗੁਰ ਜੀ ਦੀ ਬਾਣੀ ਸਤਿਗੁਰ ਜੀ ਦੀ ਸਤਿਗੁਰ ਜੀ ਦੀ ਬਾਣੀ ਸਤਿਗੁਰ ਜੀ ਦੀ ਬਾਣੀ ਦੁਨੀਆਂ ਦੇ ਦੁਖੜੇ ਦੁਨੀਆਂ ਦੇ ਦੁਖੜੇ ਦੂਰ ਕਰੇ ਸਤਿਗੁਰ ਜੀ ਦੀ ਬਾਣੀ ਦੁਨੀਆਂ ਦੇ ਦੁਖੜੇ ਦੂਰ ਕਰੇ ਦੁਨੀਆਂ ਦੇ ਦੁਖੜੇ ਦੂਰ ਸਤਿਗੁਰ ਜੀ ਦੀ ਬਾਣੀ ਦੁਨੀਆਂ ਦੇ ਦੁਖੜੇ ਦੂਰ ਕਰੇ ਦੁਨੀਆਂ ਦੇ ਦੁਖੜੇ ਦੂਰ ਕਰੇ ਦੁੱਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਜਿਹੜੇ ਮਨ ਦੇ ਦੁੱਖ ਨੇ ਪਿਆਰਿਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਦੁੱਖ ਗੁਰਬਾਣੀ ਸਾਡੇ ਦੂਰ ਕਰਦੀ ਹੈ ਜਦੋਂ ਬੰਦਾ ਸਮਝਦਾਰ ਹੋ ਜੇ ਪਤਾ ਲੱਗ ਜਾਂਦਾ ਕਿਵੇਂ ਇਹਨਾਂ ਦੀ ਵਰਤੋਂ ਕਰਨੀ ਆ ਨਹੀਂ ਤਾਂ ਮੋਢੇ ਗੋਡੇ ਪੈਰ ਸਿਰ ਤਾਂ ਦੁੱਖਦਾ ਹੀ ਰਹਿੰਦਾ ਇਹ ਤਾਂ ਲਾਈਫ ਹੈ ਕਦੇ ਸੁੱਖ ਆ ਗਿਆ ਕਦੇ ਦੁੱਖ ਆ ਗਿਆ ਇਹਨਾਂ ਚੀਜ਼ਾਂ ਵੱਲ ਨਹੀਂ ਜ਼ਿਆਦਾ ਸਾਨੂੰ ਕਹਿਣਾ ਚਾਹੀਦਾ ਰੱਬਾ ਮੇਰੇ ਗੋਡੇ ਕਿਉਂ ਦੁੱਖ ਰਹੇ ਨੇ ਰੱਬਾ ਮੇਰਾ ਸਿਰ ਕਿਉਂ ਦੁੱਖ ਰਿਹਾ ਬੜੀ ਦੁਨੀਆਂ ਆ ਜਿਹਨਾਂ ਦੇ ਮੋਢੇ ਗੋਡੇ ਦੁਖਦੇ ਨੇ ਗੁਰਬਾਣੀ ਨੇ ਸਾਡਾ ਮਨੋਬਲ ਕਾਇਮ ਕਰਨਾ ਗੁਰਬਾਣੀ ਨੇ ਸਾਨੂੰ ਪੋਜ਼ਿਟਿਵ ਕਰਨਾ ਕਿ ਦੁੱਖ ਆਇਆ ਪਰ ਜਾਣਿਆ ਨਹੀਂ ਕੁਛ ਆਖੋ ਸਤਨਾਮ ਤੱਤੀ ਤਵੀ ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਬਹਿਣਾ ਪੈ ਗਿਆ ਇਹ ਮਿਸ਼ਨ ਲੈ ਕੇ ਤੁਰੇ ਸੀ ਤਾਂ ਤੱਤੀ ਤਵੀ ਨੂੰ ਵੀ ਨਮਸਕਾਰ ਕਰ ਲਈ ਕਿ ਬਹਿ ਜਾਂਗੇ ਦੁੱਖੜੇ ਇਹ ਝਾਲਾਂਗੇ ਪਰ ਆਪਾਂ ਜਿਹੜੀ ਗੱਲ ਕਰਦੇ ਹਾਂ ਕਰਨੀ ਰਹਿਣਾ ਕਰਦੇ ਰਹਿਣਾ ਤੱਤੀ ਤਵੀ ਤੇ ਵੀ ਬਹਿਣਾ ਪੈ ਗਿਆ ਸਾਈ ਮੀਰਾ ਸਾਈ ਮੀਆਂ ਮੀਰ ਵਰਗਿਆਂ ਨੇ ਕਿਹਾ ਤੱਤੀ ਤਵੀ ਉੱਤੇ ਬੈਠੇ ਕਿਸ ਦਾ ਜਾਪ ਕਰਦੇ ਹੋ ਰਮਜਾ ਸਿੱਖਾਂ ਨੂੰ ਸਮਝਾਵੋ ਕਰਨੀ ਆਪ ਕਰਦੇ ਹੋ ਤੱਤੀ ਤਵੀ ਤੇ ਬੈਠੇ ਆ ਇੱਥੇ ਵੀ ਤੁਸੀਂ ਮਨਜ਼ੂਰ ਕਰਕੇ ਬਹਿ ਗਏ ਕਿ ਕੋਈ ਨਾ ਬਹਿਣਾ ਪੈ ਗਿਆ ਤਾਂ ਬਹਿ ਜਾਂਗੇ ਕਲਗੀਧਰ ਪਾਤਸ਼ਾਹ ਨੂੰ ਕੰਢਿਆਂ ਦੀਆਂ ਸੇਜਾਂ ਤੇ ਪੈਣਾ ਪੈ ਗਿਆ ਤਾਂ ਪੈ ਜਾਂਗੇ ਪਰ ਜਿਹੜੀ ਮਿਸ਼ਨ ਲੈ ਕੇ ਤੁਰੇ ਆ ਜਿਹੜੀ ਇਹ ਸੋਚ ਲੈ ਕੇ ਤੁਰੇ ਆ ਅੱਗੇ ਵਧਣਾ ਅੱਗੇ ਜਾਣਾ ਤੱਤੀ ਤਵੀ ਤੇ ਵੀ ਬੈਠੇ ਆ ਬੜੇ ਲੋਕ ਕਹਿੰਦੇ ਹੋਣਗੇ ਬੜਾ ਦੁੱਖ ਆਇਆ ਜੀ ਬੜਾ ਦੁੱਖ ਆਇਆ ਤੱਤੀ ਤਵੀ ਤੇ ਬਹਿਣਾ ਪੈ ਗਿਆ ਪਰ ਗੁਰੂ ਪਾਤਸ਼ਾਹ ਕਹਿੰਦੇ ਕਿ ਜਾਣਦੇ ਨਹੀਂ ਅੰਦਰੋਂ ਆਪਾਂ ਚੜ੍ਹਦੀ ਕਲਾ ਚਾ ਕਿਉਂ ਕਿਉਂਕਿ ਨਾਮ ਹੈ ਸਮਝ ਹੈ ਪਤਾ ਇਸ ਰਾਹ ਤੇ ਤੁਰੇ ਆ ਪਹਿਲਾਂ ਹੀ ਪਤਾ ਸੀ ਕਿ ਇੱਦਾਂ ਕੰਡੇ ਵੀ ਆਉਣਗੇ ਤੱਤੀ ਤਵੀ ਨੂੰ ਵੀ ਮੁਬਾਰਕ ਕਹਿਣਾ ਪਏਗਾ ਜੇ ਤੁਰੇ ਆ ਤਾਂ ਤੁਰੇ ਰਹੋ ਪਿਆਰਿਓ ਸੋ ਆਓ ਜ਼ਿੰਦਗੀ ਵਿੱਚ ਸਹਿਜ ਪਾਠ ਜ਼ਰੂਰ ਕਰਿਓ ਪਿਆਰਿਓ ਲੈਟਸ ਟ੍ਰਾਈ ਐਂਡ ਰੀਡ ਵਾਂਸ ਇਨ ਆਰ ਲਾਈਫ ਟਾਈਮ whether it takes you 5 years, whether it takes you 6 years, whether it takes you your whole life, but try and understand as well as you read. Read one shabd a day of Guru Granth Sahib Ji. Ek ek shabd karde karde competition nahi hagi ke main 10 sahaj paath kar la, 20 kar la. Eh apni bhama zindagi lag je par naal samjho.
ਦਲੀਲ ਨਾਲ ਸਮਝੋ ਕਿ ਗੁਰੂ ਪਾਤਸ਼ਾਹ ਸਾਨੂੰ ਕੀ ਕਹਿੰਦੇ ਆ। ਪ੍ਰਣ ਕਰੋ ਕਦੇ ਨਾ ਕਦੇ ਆਪਾਂ ਜ਼ਿੰਦਗੀ ਵਿੱਚ ਸਹਿਜ ਪਾਠ ਕਰੀਏ, ਆਪਾਂ ਆਪਣਾ ਸੁਭਾਅ ਬਦਲ ਕੇ ਵਧੀਆ ਹੋਈਏ, ਸਾਡੇ ਵੱਲ ਵੇਖ ਕੇ ਕੋਈ ਕਵੇ ਵੇਖੋ ਗੁਰੂ ਨਾਨਕ ਦਾ ਸਿੱਖ ਆ ਰਿਹਾ। ਵਿਚਾਰ ਵੀ ਚੰਗੀ ਆ, ਸੂਰਤ ਵੀ ਆ ਤਾਂ ਸੀਰਤ ਵੀ ਆ, ਗੱਲ ਕਰਨ ਨੂੰ ਵੀ ਪਤਾ, ਬੰਦਿਆਂ 'ਚ ਬਹਿਣਾ ਵੀ ਉੱਠਣਾ ਵੀ ਪਤਾ, ਸੁਭਾਅ ਵੀ ਚੰਗਾ ਹੋ ਗਿਆ, ਘਰ ਵਿੱਚ ਰਹਿ ਰਹੇ ਹਾਂ, ਬਾਣੀ ਇੱਦਾਂ ਪੜ੍ਹ ਕੇ ਸਮਝ ਕੇ ਪੜ੍ਹ ਕੇ ਪੜ੍ਹੀਏ ਤਾਂ ਪ੍ਰੈਕਟੀਕੈਲਿਟੀ ਸਾਡੀ ਵਧੇ, ਤਾਂ ਪੁੱਤ ਵੀ ਕਵੇ ਕਿ ਮੇਰਾ ਪਿਓ ਬਦਲ ਗਿਆ, ਪੁੱਤ ਵੀ ਕਵੇ ਮੈਨੂੰ ਹੁਣ ਆਪਣੇ ਡੈਡੀ ਵੱਲ ਵੇਖ ਕੇ ਰੋਲ ਮਾਡਲ ਮੇਰਾ ਡੈਡੀ ਬਣ ਗਿਆ, ਧੀ ਕਵੇ ਮੈਨੂੰ ਮਾਂ ਵੱਲ ਵੇਖ ਕੇ ਹੁਣ ਮੇਰਾ ਵੀ ਦਿਲ ਕਰਦਾ ਕਿ ਮੈਂ ਆਪਣੇ ਆਪ ਨੂੰ ਚੇਂਜ ਕਰਾਂ। ਵਾਹਿਗੁਰੂ ਕੀ ਸੁਭਾਅ ਆਪਣਾ ਤੁਸੀਂ ਬਦਲ ਸਕਦੇ ਹਾਂ, ਕੋਈ ਹੋਰ ਨਹੀਂ, ਆਪਾਂ ਬਦਲੀਏ। ਸੋ ਆਓ ਪਿਆਰਿਓ, ਇਤਨੀ ਕੀ ਸੇਵਾ ਪ੍ਰਵਾਨ ਕਰ ਲੈਣੀ। ਬਾਈਆ ਪਰਿਵਾਰ ਦਾ ਧੰਨਵਾਦ, ਰਘਵੀਰ ਸਿੰਘ ਹੁਣਾਂ ਦਾ, ਮਾਤਾ ਦਰਸ਼ਨ ਕੌਰ ਹੁਣਾਂ ਦਾ, ਜਿਹੜੇ ਬੜੀ ਵਾਰ ਨਾਲ ਸਾਥ ਵੀ ਦਿੰਦੇ ਆ, ਸਾਰਾ ਪਰਿਵਾਰ ਨਾਲ ਸਾਥ ਦੇ ਕੇ ਮੋਢੇ ਨਾਲ ਮੋਢਾ ਲਾ ਕੇ ਅੱਜ ਪ੍ਰੋਗਰਾਮ 'ਤੇ ਆਏ ਨੇ ਸੁਖਮਨੀ ਸਾਹਿਬ ਦੇ ਪਾਠਾਂ 'ਤੇ। ਸਭ ਸੰਗਤ ਦਾ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਚੱਲ ਕੇ ਆਈ ਆ। ਆਪ ਜੀ ਨੂੰ ਪਤਾ ਕਿ ਨਵਾਂ ਹੀ ਗੁਰੂ ਘਰ ਇਹ ਖੁੱਲ੍ਹਾ ਆ, ਗੁਰੂ ਦਾ ਦਰਬਾਰ ਵੱਡਾ ਹੀ ਹੁੰਦਾ, ਸੰਗਤ ਆਉਂਦੀ ਆ, ਗਿਆਨ ਲੈਂਦੀ ਆ, ਗਿਆਨ ਸਭ ਤੋਂ ਵੱਡਾ ਪਿਆਰਿਓ। ਜ਼ਿੰਦਗੀ 'ਚ ਗਿਆਨ ਆ ਜਾਏ ਤਾਂ ਜ਼ਿੰਦਗੀ ਵੀ ਸੋਹਣੀ ਬਣ ਜਾਂਦੀ ਆ, ਜ਼ਿੰਦਗੀ ਵੀ ਬਹੁਤ ਵੱਡੀ ਬਣ ਜਾਂਦੀ ਆ, ਭਾਵੇਂ ਕੁਛ ਹੋਵੇ ਬਿਨਾਂ ਕੋਲ। ਅੰਦਰੋਂ ਬੰਦਾ ਇੱਦਾਂ ਮਹਿਸੂਸ ਹੁੰਦਾ ਕਿ ਬਹੁਤ ਖਜ਼ਾਨਾ ਅੰਦਰੋਂ ਭੰਡਾਰੇ ਭਰੇ ਪਏ ਨੇ ਗੁਰੂ ਤੋਂ, ਨਾ ਗੁਰੂ ਦੇ ਲੜ ਲੱਗ ਕੇ। ਸੋ ਆਓ ਇਤਨੀ ਕੀ ਸੇਵਾ ਪ੍ਰਵਾਨ ਕਰ ਲਓ। ਲੰਗਰ ਪਾਣੀ ਤਿਆਰ ਹੈ, ਅਰਦਾਸ ਹੋਏਗੀ, ਹੁਕਮਨਾਮੇ ਤੋਂ ਬਾਅਦ ਲੰਗਰ ਪਾਣੀ ਛੱਕ ਕੇ ਘਰਾਂ ਨੂੰ ਚਾਲੇ ਪਾਉਣੇ ਨੇ। ਪ੍ਰੋਗਰਾਮ ਇੱਦਾਂ ਹੁੰਦੇ ਰਹਿੰਦੇ ਆ, ਮਹੀਨੇ ਵਾਰ ਤਾਂ ਪੱਕਾ ਹੀ ਆ, ਜਿਵੇਂ ਕੱਲ੍ਹ ਫਸਟ ਸੈਟਰਡੇ ਆਫ ਈਚ ਮੰਥ, ਰਾਤ ਵੀ ਦੀਵਾਨ ਸੀਗਾ, 7 ਤੋਂ 9 ਵਜੇ ਤੱਕ ਦੀਵਾਨ ਲੱਗਦੇ ਆ ਦ ਫਸਟ ਸੈਟਰਡੇ। ਆਉਣ ਵਾਲਾ ਅਕਤੂਬਰ 5 ਤਰੀਕ ਆ, 5 ਤਰੀਕ ਸੈਟਰਡੇ ਦ 5th ਆਫ ਅਕਟੋਬਰ, ਜੇ ਸਮਾਂ ਬਣੇ ਤੁਸੀਂ ਜ਼ਰੂਰ ਦਰਸ਼ਨ ਦਿਓ। ਮੈਂ ਨਾਲ ਬੇਨਤੀ ਕਰਦਾ, ਬੱਚਿਆਂ ਵਾਸਤੇ ਗੁਰਮਤ ਸਕੂਲ ਵੀ ਖੁੱਲ੍ਹਾ ਹੋਇਆ ਇੱਥੇ, ਜਿੱਥੇ ਨਾਲ ਲੌਜੀਕਲੀ ਗੱਲ ਗੁਰਬਾਣੀ ਦੀ ਨਾਲ ਨਾਲ ਸਮਝਾਈ ਜਾਂਦੀ ਹੈ। ਨਾਲੇ ਕੋਸ਼ਿਸ਼ ਆਪਾਂ ਇਹ ਕਰ ਰਹੇ ਹਾਂ, ਮੋਟੀਵੇਸ਼ਨਲ ਸਪੀਕਰ ਲੈ ਕੇ ਆਈਏ ਕਿ ਬੱਚਿਆਂ ਦੇ ਵਿੱਚ ਇਦਾਂ ਦੀ ਮੋਟੀਵੇਸ਼ਨ ਆਵੇ ਕਿ ਆਪਾਂ ਜ਼ਿੰਦਗੀ ਵਿੱਚ ਕੁਛ ਕਰੀਏ। ਬੱਚਿਆਂ ਨੂੰ ਡੈਡ ਨਹੀਂ, ਬੱਚਿਆਂ ਨੂੰ ਐਕਟਿਵ ਕਰੀਏ ਆਪਾਂ ਹੋਰ। ਲੈਟਸ ਟ੍ਰਾਈ ਐਂਡ ਮੇਕ ਆਰ ਕਿਡਸ ਦ ਨੈਕਸਟ ਫਿਊਚਰ ਆਫ ਸਿੱਖੀ, ਲੈਟਸ ਗਿਵ ਦੈਮ ਦ ਰਾਈਟ ਅੰਡਰਸਟੈਂਡਿੰਗ ਆਫ ਸਿੱਖੀ। ਇਹ ਨਹੀਂ ਕਿ ਤੁਸੀਂ ਗੁਰਦੁਆਰੇ ਜਾ ਕੇ ਬਸ ਮੱਥਾ ਹੀ ਟੇਕ ਕੇ ਆਉਣਾ ਤਾਂ ਘਰਾਂ ਨੂੰ ਮੁੜ ਕੇ ਜਾਣਾ, ਨਹੀਂ। ਬੱਚਿਆਂ ਨੂੰ ਮੈਂ ਕੱਲ ਵੀ ਆਖਿਆ ਸੀ, ਅੱਜ ਉਹ ਨਵੀਂ ਸੰਗਤ ਆ, ਅੱਜ ਵੀ ਮੈਂ ਬੇਨਤੀ ਕਰਦਾ ਬੱਚਿਆਂ ਨੂੰ, ਇਹ ਕਹੋ ਗੁਰਦੁਆਰੇ ਸਿੱਖ ਕੇ ਆਈਏ, ਮੱਥਾ ਟੇਕ ਕੇ ਨਾ ਆਈਏ, ਸਿੱਖ ਕੇ ਆਈਏ। ਕਿਉਂਕਿ ਜਦੋਂ ਮੱਥਾ ਟੇਕ ਕੇ ਕਹਿੰਦੇ ਆ, ਬੱਚਾ ਮੱਥਾ ਟੇਕਦਾ ਤਾਂ ਘਰਾਂ ਨੂੰ ਮੁੜ ਜਾਂਦਾ, ਪਰ ਜੇ ਕਹੀਏ ਸਿੱਖ ਕੇ ਜਾਈਏ, ਸੱਚ ਜਾਣਿਓ ਜੇ ਘਰੋਂ ਬੰਦਾ ਤੁਰਦਾ ਹੀ ਆ ਹਨਾ ਇਹ ਲੈ ਕੇ ਅੰਦਰ ਕਿ ਮੈਂ ਸਿੱਖ ਕੇ ਆਉਣਾ, ਤਾਂ ਉਹ ਕੁਛ ਨਾ ਕੁਛ ਜ਼ਰੂਰ ਸਿੱਖ ਕੇ ਆਏਗਾ। ਅੰਦਰੋਂ ਸੈੱਟ ਕਰਕੇ ਆਪਾਂ ਬੱਚੇ ਨੂੰ ਨਾਲ ਲੈ ਕੇ ਆਈਏ, ਪੁੱਤਰਾ ਧੀਏ ਕੁਛ ਸਿੱਖ ਕੇ ਆਉਣਾ। ਸੋ ਆਓ ਬਾਈਆ ਪਰਿਵਾਰ ਦਾ ਫਿਰ ਦਿਲੋਂ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ, ਸੰਗਤ ਦਾ ਸੁਭਾਗ ਸਮਾਂ ਬਣਿਆ ਕਿ ਮਿਲਣ ਦਾ ਤਾਂ ਦੀਵਾਨ ਲਾਉਣ ਦਾ। ਤਾਂ ਹੁਣ ਦੀਵਾਨ ਦੀ ਇੱਥੇ ਸਮਾਪਤੀ, ਆਨੰਦ ਸਾਹਿਬ ਦਾ ਪਾਠ ਹੋਵੇਗਾ, ਅਰਦਾਸ ਤੋਂ ਬਾਅਦ ਹੁਕਮਨਾਮਾ, ਫਿਰ ਘਰੋ ਘਰੀ ਲੰਗਰ ਪਾਣੀ ਛੱਕ ਕੇ ਚਾਲੇ ਪਾਇਓ, ਗੱਜ ਕੇ ਆਨੰਦ ਸਾਹਿਬ 'ਚ ਬੋਲਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਸਾਧਣਾ ਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਨਾਨਕ ਮਨ ਮੇਰੇ ਸਾਚੇ ਸਾਹਿਬਾ ਧਿਆਨ ਨਹੀਂ ਕਰਦੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਰੇ।
सच्चे साहिब क्या नहीं कर तेरा साचा नाम आधार नाम आधार मेरा जन होता साधु गवाया हर शांत सुख मनाए वसया जिने चा साहब पुजाया करो प्यारो सचा नाम आधारो राजे पांच शब्द पांच तो खुद वास कीते काल कंठक मारिया सुरजन पास नाम हर नानक सुख पाया उतरे सगल सूरे संत साजन पेशर से पूरे गुरते जानी नानक गुर चरण लागे बाजे अनहद पूरे सलोक पवन गुरु पानी पिता माता कर तुम्हारा बुरियाया वच धर्म दूर वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह वाहेगुरु जी का